गड्डियां फुलने अपनियां हुण हुण आ घरे जाके लावांगे। ज्यादे हो गया ओए, थोड़ा जिहा ज्यादे हो गया ज्यादे। ਮੇਟੂ ਹੀ ਦੁਖ ਰਿਆ ਮੇ ਡੇਕੇ ਪਿਆ ਨਾ ਕਰੇ ਦੁਖ ਦੀ ਆ ਟੂਹੀ ਪੁੱਤਾ ਮੈਨੂੰ ਤਾਂ ਲਾਇਆ ਨੇ ਹੋਰ ਝੁਲਸ ਗਿਆ ਗੁੱਸਾ ਦੇਖੀ ਭਲਾ ਬਾਪੂ ਜੀ ਆ ਦੇਖੋ ਕਿਹੋ ਜੀ ਮੁਸਕਾਉਂਦੀ ਆ ਗਲਾਸ ਚ ਤੇਰਾ ਕੰਜਰਾ ਬਾਪੂ ਜੀ ਇੱਥੇ ਜਣੀ ਕੁਛ ਲਖੋ ਨਾ ਕੁਛ ਨਹੀਂ ਹੈਗਾ ਆ ਤੇ ਬਾਪੂ ਜੀ ਕੀ ਆ ਕੁੜੇ ਕੁਛ ਨਹੀਂ ਹੈਗਾ ਆ ਬੋਤਲ ਆਹੋ ਮੈਂ ਆ ਗਈ ਤੇਰੇ ਮਾਰਾ ਮੈਂ ਗਿੱਟਿਆਂ ਚ ਡਾਂਗ ਤੇ ਖੜ ਜਾ ਓ ਨਹੀਂ ਬਾਪੂ ਬੋਤਲ ਤੇਰੇ ਸੌਰੀ ਦੇ ਨੂੰ ਪਤਾ ਨਹੀਂ ਕਿ ਇਹਦਾ ਮੇਰਾ ਸਰਦਾ ਨਹੀਂ ਬੀਤੇ ਬਣਾ ਤਾ ਦੱਸ ਤੇ ਮੈਨੂੰ ਕਿਉਂ ਬੇਇੱਜ਼ਤੀ ਕਰਨਾ ਮੇਰੀ ਤੋਂ ਨਾਲੇ ਨੇਮ ਪਾਏ ਦੀ ਸੜੇ ਹੋਏ ਨੇ ਬਾਪੂ ਜੀ ਉਹਦਾ ਪੂਰਾ ਹੋ ਗਿਆ ਸਵਾਹ ਹੋ ਗਿਆ ਪੂਰਾ ਉਹ ਦੋ ਤਰੀਕ ਹੋ ਗਿਆ ਚ ਪਿਛਲੀ ਦਿਵਾਲੀ ਵੇਲੇ ਪੂਰਾ ਹੋਇਆ ਜਾਂ ਕਿ ਉਹ ਨਾ ਪਿਛਲੀ 1 ਤਰੀਕ ਰਾਤ ਦੀ 2 ਤਰੀਕ ਹੋ ਗਿਆ ਚ ਫਿਰ ਬਿੱਜੂਆ ਓਏ ਬਿੱਜੂਆ ਮੈਂ ਤੋ ਕਿਉਂ ਡੰਡੇ ਖਾਵੇਂਗਾ ਤੂੰ ਚਲ ਖੜਾ ਹੋ ਕਰ ਚਲ ਬੋਤਲ ਕੱਢ ਦੇਖਾ ਓਏ ਦੇਖ ਬਾਪੂ ਆ ਤੇਰੇ ਰੱਖ ਦੇ ਦੀ ਮੈਂ ਇਹਦਾ ਆ ਦੇਖ ਦੂਜੀ ਆ ਨਾ ਹੋਰ ਆ ਇਸੇ ਜੋਕਰਾ ਰਹਿ ਗਿਆ ਘਰੇ ਤੈਨੂੰ ਸੋਚ ਨੀ ਹੈਗੀ ਵੀ ਸਾਡੇ ਘਰੇ ਖੁਸ਼ੀ ਦੀ ਪੀਲੀ ਪੇਖੀ ਖੁਸ਼ੀ ਦਾ ਮਸਾ ਹੋਈ ਆ ਹੁਣ ਤੈਨੂੰ ਭਾਬੀ ਨੂੰ ਤੇ ਲੱਛਣਾਂ ਦਾ ਪਤਾ ਸੀ ਮੈਨੂੰ ਭਾਬੀ ਨੇ ਕਿਹਾ ਸੀ ਮੈਨੂੰ ਦੇਖ ਕੇ ਆ ਅੱਛਾ ਜੀ ਫੇਰ ਉਹ ਕੰਜਰਾ ਜੇ ਤੈਨੂੰ ਉਹਨੂੰ ਪਤਾ ਲੱਗ ਗਿਆ ਵੀ ਇਹਨੇ ਝੋਸਰ ਕੇ ਨਾ ਮੇਲਾ ਉਹੀ ਨਾ ਕਿਤੇ ਵਗ ਜੇ ਸੋਰੀ ਸਰਵਿਸ ਕਰੂ ਬੰਦੇ ਦੀ ਮੈਂ ਹਾਂ ਚਲ ਖੜਾ ਹੋ ਖੜਾ ਕਿਹਦੇ ਸਰਵਿਸ ਕਰੂਗਾ ਇਹ ਉਹ ਖੜਾ ਹੋ ਜਾ ਓਏ ਮੇਰਾ ਬਾਹ ਨਹੀਂ ਕੰਮ ਕਰਦੀ ਖੜਾ ਮਰੀ ਪੁੱਤ ਠਾਲ ਬਣ ਜੇ ਨੂੰ ਹੋਵੇ ਖੜਾ ਹਾਂ ਖੜ ਜਾ ਹੋਰ ਆ ਜਾ ਖੜ ਜਾ ਕੋਣ ਡੰਡੇ ਖੜ ਜਾ ਖੜੀ ਮਰ ਜਾ ਮਣੇ ਆਪਣੇ ਕੁੜੀ ਇਹਦਾ ਭਰਾ ਹੁਣ ਉੱਠੂ ਹੈ ਖੜ ਜਾ ਕੀ ਆ ਦੇਖੀ ਹੁਣ ਕਿਵੇਂ ਉੱਠਦਾ ਆਪ ਉੱਠ ਖੜ ਜਾ ਆਏ ਹਾਏ ਤੇਰਾ ਲੱਖ ਦੇ ਦੀ ਮਾ ਹੋ ਖੜ ਖੜ ਜਾ ਉੱਠਦਾ ਹੋ ਖੜ ਉੱਠਦਾ ਮੇਰੇ ਸੌਰੀ ਦੇ ਨੇ ਵਦੀਨ ਕਰਖਿਆ ਉੱਠਦਾ ਉੱਠਦਾ ਖੜ ਉੱਠਦਾ ਖੜ ਜਾ ਤੈਨੂੰ ਦੇਖ ਦੂਗਾ ਇਹ ਤੈਨੂੰ ਦੇਖਦਾ ਮੈਨੂੰ ਇਹਦੇ ਲਾ ਦੇ ਨਾ ਤੂੰ ਹੋ ਖੜ ਚੱਲ दारू दी होई पी कहणगे किने पीतिया कि लग रहा सूर मांगू हर हर करना ਮੇਰਾ ਬਾਪ ਨੇ ਲਹੂ ਪੀਖਿਆ ਮੇਰਾ ਚੱਲ ਕਰੂ ਕਾਂ ਤੁਰ ਪਾ ਤੂੰ ਓਏ ਬਾਪ ਹੈ ਤੁਰ ਪਾ ਮੈਂ ਹੱਥੋਂ ਪਾਣੀ ਬੰਦ ਕਰ ਕੇ ਨਹੀਂ ਕਹੇ ਜੇ ਹੱਟ ਨੇ ਉਹ ਜ਼ਮੀਨ ਹੀ ਸੱਟ ਲੱਗਦੀ ਮੈਂ ਤਾਂ ਐ ਕਹਿੰਦਾ ਸੀ ਨਹੀਂ ਕਰਦਾ ਜ਼ਮੀਨ ਓਹੋ ਕਾਹਦਾ ਜਾਣਾ ਕਿਸੇ ਦੇ ਮਰ ਕੇ ਆ ਕੇ ਡਿੱਗੀਆਂ ਤੁਰਿਆ ਵੀ ਨਹੀਂ ਜਾਂਦਾ ਲੈ ਦੇਖ ਲੈ ਬੂ ਮੈਂ ਮਰ ਜਾਂ 100 ਮਾੜਾ ਮੰਗਤਾ ਫਿਰਦਾ ਭੋਰਾਂ ਨਹੀਂ ਅੱਖਾਂ ਖੋਲਦੀ ਆ ਗੇਟ ਦੇਖ ਲੈ ਖੁੱਲਾ ਪਿਆਗਾ ਕੋਈ ਬੜੇ ਕੋਈ ਨਿਕਲੀ ਇੱਕ ਮਿੰਟ ਮੈਂ ਵਗ ਜਾਂ ਇਹਨਾਂ ਦੀ ਭੋਰਾਂ ਨਿਸ਼ਾਨੀ ਹੈਗੀ ਦੱਸ ਮੈਂ ਕੀ ਕਰਾਂ ਹੱਦ ਹੋ ਗਈ ਇਹਨਾਂ ਵਾਲੀ ਖਾਨੀ ਅੰਦਰ ਕੀ ਬੱਚੇ ਫੜਦੇ ਨੇ ਇਹ ਫਿਰ ਕਹਿੰਦੇ ਨੇ ਬੋਲਦੀ ਹੈ ਹੋ ਹੋ ਥੱਕ ਗਈ ਵੇ ਮਨਾ ਗੋਡੇ ਤਾਂ ਜਮਾਂ ਰਹਿ ਗਏ ਹੁਣ ਕਿੰਨੀਆਂ ਮਰਜ਼ੀ ਦਵਾਈਆਂ ਖਾ ਲੈ ਇਹ ਰਾਜ਼ੀ ਨਹੀਂ ਹੁੰਦੇ ਬਸ ਹੁਣ ਤਾਂ ਉਹੀ ਗੱਲ ਹੈ ਕਿ ਟਾਈਮ ਟਪਾਉਣ ਦਾ ਟਾਈਮ ਆ ਗਿਆ ਟਪਾਲਾ ਜਿਹਾ ਜਿਹਾ ਟੱਪਦਾ ਕੁੜੇ ਬਹੂ ਰਾਣੀ ਮੇਰੀ ਦਵਾਈ ਲੈ ਕੇ ਆ ਫਿਰ ਨਾਲੇ ਪਾਣੀ ਦੀ ਘੁੱਟ ਪਾ ਦੇ ਗਲਾਸ 'ਚ ਸੁਣ ਲੈ ਗੱਲ ਨੂੰ ਓਹੋ ਹਾਲੇ ਤੱਕ ਅੰਦਰਲਾ ਗੇਟ ਹੀ ਨਹੀਂ ਖੁੱਲਿਆ ਕੁੜੇ ਬਹੂ ਰਾਣੀ ਦੇਖ ਲੈ ਜੇ ਉੱਚੀ ਬੋਲੂ ਤਾਂ ਗਵਾਂਢੀ ਸੁਣਨਗੇ ਪਾਣੀ ਲਿਆ ਫਿਰ ਨਾਲੇ ਮੇਰੀ ਦਵਾਈ ਚੱਕ ਲਿਆ ਮੈਂ ਲੈਣੀ ਹੈ ਆਹੋ ਆ ਜਾ ਦੇਖ ਤਾਂ ਸੀ ਕਿਵੇਂ ਬੁੜਕਣ ਲੱਗ ਰਹੀ ਆ ਬਾਣੀ ਨੂੰ ਤਾਂ ਐਂ ਕਹਿੰਦੀ ਹੈ ਜਿਵੇਂ ਜਨਮਾਂ ਜਨਮਾਂ ਦੀ ਪਿਆਸੀ ਹੋਵੇ ਇਹਦੇ ਨਹੀਂ ਬੱਬਰ ਰੱਜਦਾ ਕੋਈ ਗੱਲ ਨਹੀਂ ਪਾਣੀ ਤਾਂ ਤੈਨੂੰ ਇੱਕ ਦਿਨ ਮੈਂ ਇਹੋ ਜਿਹਾ ਪਿਲਾਉਂਗੀ ਸਾਰੀ ਉਮਰ ਯਾਦ ਰੱਖੇਂਗੀ ਤੂੰ ਬਸ ਮੌਕਾ ਭਾਲ ਰਹੀ ਹੈ ਮੈਂ ਜਿੱਦਣ ਮੌਕਾ ਹੱਥ 'ਚ ਆ ਗਿਆ ਨਾ ਤੂੰ ਤਾਂ ਦੇਖੇਂਗੀ ਬਸ ਲਓ ਮੰਮੀ ਜੀ ਪਾਣੀ ਅਤੇ ਆ ਲਓ ਤੁਹਾਡੀ ਦਵਾਈ
इन्ना टाइम ला आई मैं तो तेन देखी जाती जी मैं हूं आई बस मम्मी जी दवाइया नहीं लभ रही थोड़िया ओहो पत्ते कड़ा न पुत्या रे निकल देने छेती ले ला भरा थोड़ी सेहत सहुरे ने तेरे नहीं है पर मेरे पुछे बिना पता ना बिरक जी की मतलब मम्मी जी मतलब ए है ना तो किसी दे जाना ना किसी दे आना ना किसी नु मेरे पुछे बिना चीज देनी है कोई गल नहीं मम्मी जी जिवें तुसीं कहो उवें करन नूं तैयार हाँ लोग पता विड़का लैंदे ने भी पहले तो इन्हां दी बहू उरे है नहीं ती सिबो ने रखी नहीं हुण बहू उरे आ गई है हुण इन्हां दे कन्न वलेल गल्लां पैणगियां तीवियां बहानिआं नाल आउणगियां घर दीआं चुगलियां करनगियां मैनूं पता ना लग जे किसे गल दा मैं तैनूं कहरा कहता आपदा संभल के रही कोई ना मम्मी जी तुसीं उहदी टेंशन ना लो मैं की लैणा लोकां नाल गल करके बस मैं तो आपदा घर सुखी चाहिए तां इह तां कुछ नहीं लैणा तीवियां हुंदीआं ने विड़का लैणा तेन पता तो हैगा टीमिया का वह भी हैगी है मम्मी जी गल अपना तो आंढ गुआढ़ भी चजदा नहीं है बस जब मैं जावा कुंडा ला लिया कर जिमें अज गेट खुला पिया थी मैंने दोबारे गेट खुला ना दिस दे मम्मी जी मैं तो पता ही नहीं लगे बापू नहीं गए ने बाहर उ गेट खुला छड़ गए ना हूँ ये किधर गए ने फिर मम्मी जी बापू तो निशु ना खेत गए ने उन्होंने को लै देख लै है ओही गल आई नहीं देखता भी सिबो करे नहीं हैगी मैं बहि जा करी ना लेके कुड़ी नू मागर टंगी फिरूंगा नाले आप बग जाने ना कुड़ी बग जाती है चलो कोई ना मम्मी जी आ जाएंगे आ तो जाएंगे होर कड़ा किसी खूह च डिगूगा आऊगा तो वह घरी पर हक तो बनता जब मैं घरे ना होवा मगरों वो तो हैगा मम्मी जी पर मैं कह गए सी ना ये पर एक गल मेरी सुन लै नाले हूँ तू मगर नू समझा के रखी जे उन्हें कोई इन्नी एक गल करती मैथों बड़ा कोई नहीं दूजी गल होर है तू भी आपके कन्न कर लै जे मैनू किसी बुढ़ी को खड़ी थी आगी किसी को गल कर दी थी आगी कोई तेरी मैं हरकत फड़ ली फिर देख ली तू तेरे नाल की बनूगा कोई गल नहीं मम्मी जी मैं ध्यान रखूंगी चलो मैं कम नबेड़ लै अंदर नबेड़ लै जे तू ध्यान रखती होंगी इतने तक गल्लां नहीं होंदियां तीआं हाँ मैं बहुत औखी हाँ ये तक मैं सरिया नहीं तैनू कलाड़ी वागू पीड़ के जे ना छड़िया मैनू सीबो कौन जाणू ये तो बस एक मैनू बुढ़े की गल पगानी पेगी बुढ़िए तेनू की पता मैं इतने क्यों रही हाँ तेरी आकड़ भन्न वास्ते रही हूँ इतने मैनू भी याद ने जिड़िया तेने मेरे नाल कीतियां ने गिण गिण बदले लूंगी सारी उम्र लंघी पर इहदी आकड़ नहीं गई कोई गल नहीं जे मैं भी तेरी आकड़ ना भन्नी ना मेरा नाम भी प्यार होनी तू देखदी तां जा तेरे नाल हुंदा की है कभी रुड़िया है आया कि जी ला के बैठ गया छापी चक लेनी है सारा दिन पकाई कुटता फिरी जा कदे मुंडे मगर कदे तेरे मगर शकुंतला देवी बन के खड़ जाने तू तेरे जे बट पैंदे ने ओ मेरे जिदा बट पहली पाए पए ने हुण जेड़े जेड़े पाए हो ते ओ भी ता कटते हां बोल कसम जे उठांगा ओ पहले सारे संतखणे आए सारे नोट कर दे तू नहीं कम करन देदी किसे टाइम हां मेरे उठी पया उठी छड़ाता कम बचाले कम छड़ाता बग जा जंदरी बूथरी वाली किसे पासे नहीं टिकण देदी हैगी ना कोई कम पूर चढ़ा नागा हुण फिर इधर मुंह चक्की जांदा बग जा इधर करा डंगर पशुआ दा ता कर लेना किसे पासे दा टुप जा मर जा खा ला उधर गोहा जेड़ा चौथेगा मर जा इधर फट्टे नु तेरे इधर फट्टे नु तेरे कित्थों सप्पा लग्या बोलण दा भी नहीं पता भी घर वाले नु गोहा खवाया कर दे इत्थे जा
ਸੱਤਿਆ ਨਾਸ ਹੋ ਜੇ ਥੋੜਾ ਇਹ ਜਾਂਦਾ ਹੁਣ ਕਿੱਥੇ ਰੱਬ ਨੇ ਲੜ ਲਾ ਦੀਆਂ ਰੂਪੇ ਦੇ ਅਸੀਂ ਆ ਹੈ ਆਹ ਪਈਆ ਮਾਰਨੇ ਕਹਾੜੀ ਦੇਖ ਲੈ ਕੱਢ ਦੂੰ ਸਾਰੇ ਬਲ ਖੜਦੀ ਹੀ ਨਹੀਂ ਹੈਗੀ ਕਿਸੇ ਢੰਗ ਦੀ ਮਗਰੇ ਖੜੇ ਬਿਨਾ ਨਹੀਂ ਆ ਆਉਣਾ ਤੈਨੂੰ ਕਰਾਂ ਸੂਤ ਬੇ ਹੁਣ ਕੀ ਤੇਰਾ ਨਾਗ ਲੜ ਗਿਆ ਤੈਨੂੰ ਪਹਿਲਾਂ ਤੈਨੂੰ ਸੂਤ ਕਰਾਂ ਮੋੜ ਕੇ ਤੇਰੇ ਦੇਖ ਲੈ ਛੋਟੀ ਸਰ ਪਾੜ ਦੂੰਗੀ ਧਰ ਦੇ ਕਹਾੜੀ ਬਗਾ ਕੇ ਸੜ ਦੋ ਫੰਡ ਜੀ ਨੂੰ ਨਾ ਮੇਰੀ ਗੱਲ ਸੁਣ ਲੈ ਬੇ ਹੋ ਉੱਥੋਂ ਦਾ ਬਚ ਵੀ ਗਿਆ ਮਾਦਾ ਸਿੱਧੀ ਸੰਗਰੂਰ ਸਰਕਾਰੀ ਹਸਪਤਾਲ ਚ ਦਾਖਲ ਹੋ ਜਾਊਗੀ ਕੰਜਰ ਨੂੰ ਚੱਕ ਕੇ ਲੈ ਜਾਣਗੇ ਕਮਿੰਟ ਚ ਪੁਲਿਸ ਵਾਲੇ ਇਹੀ ਕੁਛ ਕਰੇਗੀ ਹਾਂ ਹੋਰ ਨਾ ਕੁਛ ਕਰੀ ਜੇ ਖੜਦਾ ਨਹੀਂ ਫਿਰ ਤੇਰੇ ਵਰਗਾ ਐਂ ਕਰਨਾ ਪੈਂਦਾ ਨਰਵਾਈ ਨਾਲ ਟਾਈਮ ਕੱਟ ਲੈ ਹਾਂ ਆ ਤੂੰ ਕਹਾੜੀ ਚੱਕੀ ਆਉਣਾ ਉਧਰ ਨਾ ਮੇਰੇ ਮਾਗਰ ਖਰਦਾ ਦੀ ਮਾਰ ਦੂੰਗਾ ਫਲਾਣਾ ਮੈਂ ਲੁੱਕ ਕੇ ਦੇਖ ਲਾਂਗਾ ਤੇ ਸਾਰਾ ਕੁਛ ਬੇ ਤੂੰ ਆਪਣੇ ਘਰ ਵਾਲੇ ਨੂੰ ਲੁੱਕ ਕੇ ਦੇਖੀ ਜੀ ਹਾਂ ਹੋਰ ਕੀ ਓਏ ਚਤਰਾਈਆਂ ਛੱਡ ਦੇ ਕਰ ਬਗ ਜਾ ਢੰਗ ਦਾ ਕੰਮ ਕਰ ਲਿਆ ਕਰ ਬੇ ਮੇਰਾ ਸਿਰ ਦੁਖਦਾ ਬਗ ਜਾ ਇੱਕ ਤਾਂ ਮੈਂ ਉਂ ਦੁਖੀ ਹੋ ਰਿਹਾ ਵੀ ਲਾਦ ਕਰ ਤੇਰਾ ਹਾਂ ਤੇਰਾ ਸਾਰਾ ਦਿਨ ਕਦੇ ਸਿਰ ਦੁਖਦਾ ਕਦੇ ਬੀਬੀ ਵੱਧ ਗਿਆ ਕਦੇ ਮੇਰੇ ਲੱਤਾਂ ਦੁਖਦੇ ਕਦੇ ਮੈਨੂੰ ਐ ਹੋ ਗਿਆ ਤੂੰ ਨਾ ਕਿਸੇ ਟਾਈਮ ਦਵਾਈਆਂ ਦਾ ਖੜੇ ਛੱਡ ਦੇ ਨਾਲ ਕੌਣ ਭੌਂਕੇ ਭੌਂਕੀ ਜਾ ਇੱਕ ਟਾਈਮ ਦੀਆਂ ਖਾਣੀਆਂ 10 ਗੋਲੀਆਂ ਤੂੰ ਭੌਂਕੀ ਜਾ ਦੁਪਹਿਰੇ ਚ ਤੂੰ ਨਹੀਂ ਟਿਕਦੀ 20 ਵਾਰੀ ਕਿਹਾ ਵੀ ਖੜ ਜਾ ਕਰ ਕੋਈ ਮੰਜੇ ਤੇ ਪੈ ਜਾ ਕਰ ਉਹ ਤੁਰਿਆ ਓਏ ਬਿੱਜੂ ਇੱਧਰ ਕਿੱਧਰ ਨਾਲੀ ਚ ਗਿਰੇਗਾ ਉਹਨਾਂ ਗਲਚਾ ਨਾਲੇ ਮੈਨੂੰ ਡੇਗੂ ਬਾਪੂ ਜੀ ਉਹ ਬਿਮਾਰੀ ਸੂਰ ਮਾਂਗੂ ਖਿੱਚੀ ਆਉਂਦਾ ਸਾਨੂੰ ਕਿਵੇਂ ਹੈ ਐ ਦੱਸ ਕੰਜਰਾ ਹੁਣ ਤਾਂ ਘਰ ਬਾਰ ਦਾ ਹੋ ਗਿਆ ਓਏ ਸ਼ਰਮ ਕਰ ਮਾੜੀ ਮੋਟੀ ਸਮਝ ਜਾ ਤੂੰ ਕਿਉਂ ਨਹੀਂ ਸਮਝਦਾ ਹੈਗਾ ਆ ਮੰਜੜਾ ਕੁੜੀ ਮੰਜੜਾ ਹੈ ਐ ਦੱਸ ਪਹਿਲਾਂ ਮੈਨੂੰ ਤੈਨੂੰ ਤਾਂ ਕਿੰਨੀ ਕੁੱਟ ਲਾ ਮਾਰ ਲਾ ਤੂੰ ਨਹੀਂ ਸਮਝਦਾ ਮੈਂ ਥੱਕ ਗਿਆ ਤੈਨੂੰ ਮਾਰ ਕੇ ਹੈ ਪਰ ਤੂੰ ਨਹੀਂ ਸਮਝਦਾ ਹੈਗਾ ਇੱਧਰ ਨੂੰ ਕਰ ਲੈ ਕੁੜੇ ਸਮਝ ਕਰ ਲਾ ਮੈਂ ਤੈਨੂੰ ਹਾਂ ਚੱਲ ਦੱਸ ਮੈਨੂੰ ਦੇਖ ਲੋ ਬਾਪੂ ਜੀ ਇਹਨੂੰ ਕਿਹਨੇ ਦੇਣੀ ਆ ਇਹ ਤਾਂ 24 ਘੰਟੇ ਨਾਲ ਹੀ ਰੱਖਦਾ ਗਾ ਉਹ ਨਹੀਂ ਪੁੱਤ ਪੀ ਕੇ ਆ ਮੈਨੂੰ ਪਤਾ ਕਿੱਥੋਂ ਪੀਤੇ ਹੋਏ ਨੇ ਹੈ ਉਹ ਕਿੱਥੋਂ ਪੀਤੇ ਆ ਇਹ ਤਾਂ ਉਹ ਆਪਣਾ ਦੋਸਤ ਆ ਗਏ ਤੇਰੇ ਕਿਹੜੇ ਔਰ ਇੱਕ ਲੱਛਾ ਦੀ ਬਿੰਡਾ ਉਹ ਤੇਰਾ ਭਲਾ ਹੋ ਜੇ ਮਲੰਗਰੇ ਦੋਸਤ ਤੇਰੇ ਹੈ ਉਹ ਬਿੰਡੇ ਨੂੰ ਲੱਛੇ ਨੂੰ ਨਾਲ ਮੈਨੂੰ ਮਿਲਦੇ ਨਾਮ ਉਹਦੇ ਬਿੰਡੇ ਬਲਾਮ ਮੈਂ ਕੁੱਟ ਕੁੱਟ ਕੇ ਹਾਂ ਨਾ ਬਾਪੂ ਜੀ ਆਪਾਂ ਨੂੰ ਕੋਈ ਦਿਖਿਆ ਦੂਰ ਦੀ ਕਰ ਗੱਪ ਮਾਰਦਾ ਇਕੱਲੇ ਨੇ ਪੀਤੀ ਆ ਪਹਿਲਾਂ ਕਿਤੇ ਗਏ ਹੋਏ ਤੇ ਟਰਾਲੇ ਤੇ ਗਏ ਹੋਏ ਤਾਂ ਸਾਲ ਬਾਅਦ ਆਏ ਨੇ ਆਹੋ ਤੂੰ ਇਕੱਲਾ ਝੁਲਸ ਕੇ ਆਇਆ ਕਿਤੇ ਨਹੀਂ ਗਏ ਹੈਗੇ ਟਰਾਲੇ ਦੇ ਨਾਲੇ ਹੋਰ ਟਰਾਲੇ ਤੇ ਹੋਰ ਹੁਣ ਹੋਰ ਅਰੇ ਬਾਪੂ ਸ਼ਰਮ ਕਰ ਲਾ ਸ਼ਰਮ ਓਏ ਕਿੱਥੇ ਕੰਮ ਵਾ ਗਿਆ ਤੀ ਤੂੰ ਸ਼ੁਕਰ ਕਰ ਕੁੜੀ ਆ ਗਈ ਤੇਰੇ ਉਰੇ ਬਸ ਕੀ ਹੁਣ ਉਹ ਬਸਾਲਾ ਜੇ ਚੰਗੀ ਚਾਹਣਾ ਕਿਉਂ ਤੂੰ ਬਦੀਨ ਕਰਦਾ ਕਿਵੇਂ ਲੰਗਰਾ ਫੋੜ ਫੋੜ ਕਰਨਾ ਬਾਪੂ ਇਹ ਸੋਚ ਸੋਚ ਕੇ ਤਾਂ ਗੱਲ ਕਹਿੰਦਾ ਤੁਹਾਨੂੰ ਜਮੀ ਗੱਪ ਮਾਰਦਾ ਇਹ ਨਾ ਗੱਲ ਗੱਲ ਤਾਂ ਐਂ ਕਰਦਾ ਹੁਣਾ ਪਹਿਲਾਂ ਵੀ ਮੈਂ ਤੁਹਾਨੂੰ ਪਤਾ ਹੈ ਉੱਥੇ ਕਿਸੇ ਦੀ ਮੋਟਰ ਤੇ ਝੁਲਸ ਗਿਆ ਕੋਈ ਉੱਥੇ ਢਿੰਡਾ ਨਹੀਂ ਆਇਆ ਕੋਈ ਕੀਲਾ ਨਹੀਂ ਆਇਆ ਉੱਥੇ ਮੈਂ ਜਾਣਦਾ ਨਾ ਉਹ ਨਹੀਂ ਹੈਗੇ ਉਹ ਆਏ ਤੀ ਦਸਾਂ ਲੱਛਾ ਦੀ ਢਿੰਡਾ ਮੈਂ ਜਾਣਦਾ ਲੱਛੇ ਹੋਰ ਨੂੰ ਤੇਰਿਆਂ ਨੂੰ ਤੇਰੇ ਵਰਗੇ ਮਲੰਗ ਉਹ ਨੇ ਭੌਂਕੀ ਜਾਂਦਾ ਸਾਲਾ ਕਬੀਰਦਾਰ ਬੰਦੇ ਨੇ ਬਾਪੂ ਯਾਰ ਉਹ ਆਹੋ ਸਾਲਾ ਕੁੱਤਾ ਰਾ ਹੋਵੇ ਜੇ ਹੁਣ ਜਵਾਖਾਂ ਦੇ ਲੈ ਪੈ ਜਾ ਨਿਚਲਾ ਪੈ ਜਾ ਮੈਂ ਤੋ ਹੋਰ ਖੌਸਲੇ ਖਾਵੇਂਗਾ ਹੁਣ ਅਗਲੇ ਪੈਸੇ ਵੀ ਆਪ ਲੈ ਕੇ ਦੇਣਾ ਮੈਂ ਕਿਹੜਾ ਖਰਚਾ ਕਰਿਆ ਕੋਈ ਕੰਜਰਾ ਜਵਾਖ ਬਾਗੇ ਮੁੜ ਕੇ ਨਹੀਂ ਆਉਣੇ ਇਹ ਤੂੰ ਗੱਲ ਸੋਚ ਲਈ ਮੇਰੀ ਹਾਂ ਤੈਨੂੰ ਪਤਾ ਸੀ ਕਿਵੇਂ ਰੱਖੇ ਨੇ ਪੈਰੀ ਹੱਥ ਲਾ ਲਾ ਕੇ ਇਹਨੂੰ ਕੀ ਚਾਜਾ ਬਾਪੂ ਜੀ ਇਹ ਲੀਸ਼ੂ ਪੁੱਤਾ ਬੈਠੀ ਕੀ ਦੇਖੀ ਜਾਂਦੇ ਸਾਡੇ ਮੂੰਹ ਕਨੀ ਖੜੀ ਹੋ ਜਾ ਇਹਨੂੰ ਨਿੰਬੂ ਵਾਲਾ ਪਾਣੀ ਲਿਆ ਕਰਕੇ ਜੇ ਤੇਰੀ ਭਾਬੀ ਨੂੰ ਪਤਾ ਲੱਗ ਗਿਆ ਹੋਰ ਕਸੂਤਾ ਬਾਂਸ ਗੜ ਜੂਗਾ ਔਰ ਜੇ ਬੁੜੀ ਨੂੰ ਪਤਾ ਲੱਗ ਗਿਆ ਉਹ ਕਰੂ ਜਿਹੜੀ ਨਾ ਕਰਨੀ ਹੋਵੇ ਆਹ ਦੇਖ ਲੈ ਕਿਵੇਂ ਉਂਗਲਾਂ ਲੱਗ ਰਿਹਾ ਲਿਆ ਕਰਕੇ ਕੜਾ ਜਾ ਮਾਰੇ ਦੇ ਅੰਦਰ ਹੋ ਜਾ ਖੜੀ ਚੱਲ ਬਾਪੂ ਜੀ ਮੈਂ ਇੱਥੋਂ ਨਹੀਂ ਹੁੰਦਾ ਬਾਈ ਆਪਣੀ ਤਾਂ ਵੇਬ ਆ ਗਈ ਮੈਂ ਤਾਂ ਜਾ ਕੇ ਸੁਣਨੀ ਆ ਅੰਦਰ ਨਹੀਂ ਕੁੜੀਏ ਕਰ ਲਿਆ ਜਾ ਕੇ ਕਿਉਂ ਤੂੰ ਅੱਡ ਬਦੀਨ ਕਰੀ ਜਾਂਦੀ ਆ ਹੋਰ ਹੁਣਾ ਪਰਾ ਪੈ ਜੂਗਾ ਘੰਟਾ 2 ਘੰਟੇ ਬਾਪੂ ਜੀ ਮੈਂ ਕਿਉਂ ਕਰਾਂ ਜਦੋਂ ਪੀਣਾ ਤਾਂ ਐਣੇ ਆਗਾ ਮੈਂ ਭਗ ਜਾਣਾ ਫਿਰ ਉਹ ਚੁੱਪ ਕਰ ਜਾ ਓਏ ਚੁੱਪ ਕਰ ਜਾ ਨਹੀਂ ਚਲਾ ਪੈ ਜਾ ਤੂੰ ਹੋਰ ਐਵੇਂ ਉਹ ਜੜੇਗਾ ਕਿਸੇ ਪਾਸੇ ਕਰ ਲਿਆ ਜਾ ਕੇ ਮੈਂ ਨਹੀਂ ਕਰਦੀ ਬਾਪੂ ਜੀ ਤੂੰ ਲਿਆ ਕਰਨ ਦੇ ਨਾਲ ਮੈਂ ਪੀਊਂਗਾ ਭਾਈ ਉਧਰੋਂ ਕਿਸੂ ਤੋਂ ਪੈ ਜਾ ਸੜਾ ਸਾਰੇ ਕੰਮ ਮੈਂ ਖਰਾਬ ਕਰਦਾ ਮੈਨੂੰ ਨੌਕਰਾਣੀ ਬਣਾ ਲਓ ਘਰ ਦੀ ਆ ਬਿਜੂ ਨਾ ਹੋਵੇ ਕਿਸੇ ਥਾਂ ਦਾ ਤਪਾ ਰੱਖਿਆ ਸਾਰੇ ਟੱਬਰ ਨੇ ਕਦੇ ਇਹਨਾਂ ਨੂੰ ਚਾਹ ਕਦੇ ਪਾਣੀ ਲੈ ਹੁਣ ਤੂੰ ਖੜ ਜਾ ਮੂਰੇ ਆ ਕੇ ਨੰਗਣ ਦੇ ਦੇ ਮੈਨੂੰ ਚੱਕ ਕੇ ਮਾਰ ਕੁਛ ਮੇਰੇ ਸਿਰ 'ਚ ਸਿਰ ਪਾੜ ਦੇ ਮੇਰਾ ਜੇ ਮੈਂ ਇੰਨੀ ਬੁਰੀ ਲੱਗਦੀ ਆ ਕਾਹਦਾ ਰੌਲਾ ਮਾਰ ਖੇ ਨਾਲੇ ਨਾ ਮੈਂ ਤੇਰੇ ਕੰਮ ਮਾਰਾਂ ਕੋ ਚੱਕ ਕੇ ਮੇਰੇ ਮਾਰਨ ਵਾਲੇ ਮੇਰਾ ਖੜਾ ਸੁੱਟੂਆ ਥੋੜੇ ਟੱਬਰ ਨਾਲੋਂ ਮੈਂ ਤੈਨੂੰ ਐ ਪੁੱਛਿਆ ਵੀ ਉੱਥੇ ਕੀ ਹੋ ਰਿਹਾ ਹੈ ਮਗਰ ਫੇਰ ਖੁੱਲ ਕੇ ਆ ਗਿਆ
वो मैं मच जा देख ला बेड़ी बैठी वाले ने तपा ली मैं इन्हें है कंजर ने उही गल है कि यहाँ संगल तो मैनू चंगी तरह कसना पेगा जहे जे आले हो जे कुजी पहला तेरा बाप यही करतूतना करता हूं जी कंजर हूँ ये लग गया करना ले देख ला बाप न फड़ ला जिदे गलती उन्होंने कुछ कहें नहीं बाप न फड़ लिया गां जाके जिन्हें कंडे बीजदा तेरा बाप बीजदा सारे तेरा बाप बीजदा ना मेरा मूँह खला मैं बहुत औखी तेन मैं दसा बेबे जिड्डा तेरा मुँह खोल दे एक दिन तो तू खोलेंगी है ना अच्छा सर तो सड़ी नहीं कदे पुलिस बुला लिया कदे कुछ बुला ली इत्थे घरे कदे आपदे मामे दी नूह बुला ली सारा तो तू जुलूस काटता साडा खोल ला हजे मुँह होर की मैं तेरे चपेट मारूं ज्यादा मेरे मुँह लोतर लोतर कर दी है गिठ दी जवान चले लै के कैंची जी भर दूंगी हाँ एक दिन चंबड़ी होई बेबे मेरी गल सुनी मगर वास्ते नींबू पानी कर दे बेबे बन के मैथों नहीं हुंदा तैनू हुक्म लाया होना तू ही कर ना मैं नींबू पीवा ना मैनू नींबू दी लोड़ मेरा तेजाब बन दे जो कोई काम नहीं करती फिर तेरा चार पाउना वा तू खड़ा हो जा ओए आ गई तेरी मां क्यों छत्र खावेगा नाले मेरे मरामे गए तो तू फकड़ा आ देख ले हैं ते मैं पे बेसुरत होया कीने पाई है कोठी आए ता दस दे कीने लेंटर पाया है जी खुशी च तू पी के आया है नी क्यों मुंडे नु घूरी जानी आ मैं बथेरा घूरता हुण ए मैं मैं दस बे हैं तैनू जमी शर्म नहीं रही हैगी बस कर जा बथेरी बन गई बस करी हुई तू चुप कर जा तू तो मेरे ना गले ना कर है तैं सारी लाद बगैड़ी है ये तेरी मेहरबानी है सारी मेरे ते खाम खाई आ चढ़दी हाँ। है इन्हां दा जोर नहीं चलता मेनू ही खाम खाई लग जाने ताड़ फाड़ करन गल्ला कोई जे तेरा माड़ा मोड़ा मेरे वांगू दबका होवे ना देखा लाद बिरक जे मेरे ते तू चढ़ चढ़ आउना लैके डांगा लाद नू कुछ आइंदा नहीं लाद ता तेरे भोरा काबू च नहीं रही माड़ा मोटा हिसाब नाल कम करना चाहिंदा दबका भी माड़ा हुंदा मैं तो होर ना किते तू तलेसड़ी लै लिया है दबका देवेंगी आ देख लै हाँ तनेसड़ियां देने जोगर है इनू दे तनेसड़ी जेड़ा कढ़ के जलूस आया तेरा है मैं तो उही गल तेरा घर संभाल दी हाँ हाँ हद हो गई तेरी वाली नहीं मैं तो मेरे लो दी आ देख ला की आ अखा पार दूंगा तेरी तीजे कदन मेरे कनी आ जाना चढ़ के खबरदार रही जे मैनू पंज तिन बोले है तू एनु कानू बोली जानी आ होई होई सो बीती गल जेड़ी हां पी ली फेर की लोड़ा आ गया दस आ देख आए बगाड़दा है पीली पीली की लोड़ा आ गया आए बगाड़दा है आ कंजरा तू स्यापे छेड़दा है तू पवाउना दी लड़ाई इस घर च लक्षण तू कर ना गोली खाने काम कर दी कोई चज का कम फिर मार की सलाह लेना मार गोली जे तेरा किसी ने कहा घर बजू मेरे बिना किसी ने सियानना नहीं सियानना नहीं मेर कर देना किसी ने टुकड़ी बुरकी नहीं देनी बाबा गुरु बह जा पर हो के बह जा क्यों कम खाई जानी है तू चुप कर जा हो गया तेरे वाली जमई जमई नहीं हद हो रही तेरे वाली हां हटा के मैं मैनू आए दस पहला ओही गल है कि माड़ा मोड़ा लाद नु कंट्रोल च भी रखो कंट्रोल च रखो नाल तू कि मेले गई थी तू रख ला दी हाँ पहले तो चमला लिया तैं स्कूल जाने वेले दस रुपये कड़ के दी लै पुत लै जा खा ला फिर भी दे दी कड़ के दस रुपये मैनू पता यही से ने चमला है तेन वही करतूतां करदा है मेले तो तेरे याद आंदे ने मेले चो डक के आंदा हुंदा लोक चक के लिया हुंदे ओ पै कहंदे डक्या मैं कहनी चक लियो भई घरे घरे आके साडे नाल कलेश करना ओही लाद हां ओही मेरे ते आ चड़ू गल नहीं बात नहीं होर कुछ है ना मोड़ कोड़ा लिया के गल मेरे ते छड़ लिया माना तेरे ते तू ऐ करदा दी तू ऐ करदा दी नहीं मैं ता जेड़ा करदा दी करदा थी आ हुण जवाक खाउ दा रोक ला तू हां तू रोकगा जिमे मेरे कन्नी उनो डांग लेके जवाका कन्नी वग जागा तू चमड़ाई चल मैं रोकी चलूंगा हद हो गई तेरे वाली हां तेरे चंगाड़ा ना कड़ाया तेरी ला दे तू की जानेगा ले देख ला हुण हो बह गया लड़ाई दा गड्डा जाके नी भाभी नी आ जा भाई बाहर बाहर निकल के भी देख लिया करो की हो गया ओ देख ला हुण हो बह गई बेबे बापू नाल लड़ी जांदी हैगी टिका ला उहनां नूं ना का तो लड़दे पे ने हे ओ मगर भी रज फेर पी के आ गया की फेर पी के आ गया होर मैं थोनु पहले ही कहा सी भी मैनु ओदे लक्षण जे माड़े लगदे ने माड़े टाइम नाल पक जांदे तुसी शायद ना पींदा हो ले देख ला भाभी हुण पी आया ना हो हुण तू लड़ाई तां टका दे ना भी ना मैं नहीं जांदी इहनां दे विच लड़ी जांदे तैनू पता पिछों बेबे भी मैनु इन्ना कुछ बोल के हटी है कहंदी तू ऐ करना तू ऐ नहीं करना की आ भाभी फिर मैं ठेका लैता इहनां सारिआं दा ना भई मैं तां नहीं इहनां दी लड़ाई चांदी देख निशु हले मैं कल तां आई आ इह घर च मैं नहीं चाहती मैं वापस उत्थे पेके फेर जावा लड़ाई करके चल जांगा तू तो बह जा अंदर भाई एसी लाके टीवी लाके कमरा बंद करके बह जा ते भज्जा ले एकड़ा समझदी है कुड़ी जी मैं लड़ाई तो टलदी पई हां छड़ परा इना ही ताता बोलन दी मैं कपड़े धोवा पीसी पो जान दे तू टिकी टिकाई गल दोबारे ना छेड़ा कर चुप कर जा आहो मेरी गल सुन ओ ता कहंदा तू नेम पाया होया इहदा है आ नेम तड़ाया की नहीं है अजड़ा अज दफ के आ गया है
हां जान दिया मैं थोड़ी करतूत नू तेरे बाप ने भी बारी नेम पाया ओही जा हाल तेरा है तू भी बारी नेम पाया मैनू तो किसी का यकीन नहीं रहा तुझे दोनों एको जे हो गए हां आ जा फिर हां आ जा डर दी मैं भी नहीं हां खा खा पा दू हां थोड़ी तेरे आ दंदे हाय के कौन उ पुत्र बाप नु आ फड़ दिया बिंद बाद बाप नु नहीं फड़ लंदी आके फड़ाना नेड़ो लगदा है मैं दस पहला हाय मेरे का नहीं काटू होना लेके जुत्तियां इनू फड़ ला अपने अंदर नु फड़ ला हां सामला सामया होए आजूगी मेरे की नहीं आजूगी जमी हद लाऊंगा जमी नहीं हद लाऊंगा ਇਹਨੂੰ ਦੇਖ ਲਓ ਤੁਸੀਂ ਉਹ ਪੁੱਤ ਫੇਰ ਕੀ ਹੋ ਗਿਆ ਜੇ ਪੀਲੀ ਮਾੜੀ ਮੋਟੀ ਮੁੰਡੇ ਕਰੇ ਲੈ ਆਏ ਪਟਦਾ ਆਏ ਪਟਦਾ ਲਾਦ ਨੂੰ ਆਏ ਪਟਦਾ ਹਾਂ ਇਹ ਜਮੀ ਸਿਰੇ ਜਾਈ ਜਾਂਦੀ ਆ ਦੇਖ ਲੈ ਪਾਏ ਪੁੱਤ ਪਾਏ ਉਧਰੋਂ ਕੇ ਹਾਂ ਦੇਖ ਲੈ ਪੁੱਤ ਪਾਈ ਜਾ ਹੋਰ ਰੱਜ ਲਈ ਅੱਛਣੇ ਹਾਂ ਨਹੀਂ ਪਾਏ ਆ ਬੇਬੇ ਟਿੱਕੇ ਗੱਲ ਬੈਠ ਕੇ ਵੀ ਹੋ ਜਾਂਦੀ ਆ ਇਹ ਮੇਤੋਂ ਥੋੜਾ ਖਰਾਬ ਜੀ ਮੈਂ ਕਰਾਂ ਰਹਿਣ ਦੇ ਚੁੱਪ ਕਰਕੇ ਬਹਿ ਜਾ ਹਾਂ ਇਹ ਜਾ ਕਿਧਰੇ ਬਾਹਰ ਅੰਦਰ ਲੈ ਗਿਆ ਕਿਉਂ ਐਵੇਂ ਬੇਬੇ ਚੱਲ ਆਪਾਂ ਬਾੜੇ ਚ ਜਾ ਕੇ ਨਹੀਂ ਖੜਦੀ ਇਹ ਲੈ ਨਹੀਂ ਜਾਂਦੀ ਹੈਗੀ ਬਾੜੇ ਬੂੜੇ ਚ ਆਪੇ ਥੱਲਿਆ ਨਹੀਂ ਆ ਜਾ ਨਾਲੇ ਉਹ ਗਮੰਡ ਨਾ ਆਪਣੀਆਂ ਪਾਥੀਆਂ ਲੈ ਗਈ ਚੱਕ ਕੇ ਦੇਖ ਕੇ ਆਈਏ ਲੈ ਖਾ ਕੇ ਅੰਨ ਪਾਣੀ ਦੁਸ਼ਟ ਕਰੀ ਜਾਂਦੀ ਆ ਸਾਰਾ ਦਿਨ ਰੂਪੇ ਤੇ ਚੜੀ ਰਹੂਗੀ ਕਦੇ ਐ ਨਹੀਂ ਕਰਿਆ ਕਦੇ ਐ ਨਹੀਂ ਹੈਗਾ ਵੀ ਪੱਤ ਚੁੱਕਦਾ ਇਹਨਾਂ ਤੋਂ ਮਾੜੇ ਮੋਟੇ ਉਹ ਦੱਸ ਸਾਰਾ ਦਿਨ ਝੱਕੀ ਜਾਊਗੀ ਵੀ ਵਧੀਆ ਠੰਡ ਦਾ ਸਮਾਂ ਹੋ ਰਿਹਾ ਮਾੜਾ ਮੋਟਾ ਤਪਹਿਰਾ ਲੈ ਲਿਆ ਕਰ ਉਹ ਪਾਏਗੀ ਕੱਪੜਾ ਲੈ ਕੇ ਜਿਵੇਂ ਵੀ ਬਸ ਐਂ ਮੁੱਲ ਦੀ ਗ੍ਰਹਿਣ ਲਾਇਆ ਹੋਇਆ ਵੀ ਚੁੱਕਦੇ ਪੱਤੇ ਤੂੰ ਦੱਸ ਕੰਮ ਕਾਰ ਕਰਨ ਤੂੰ ਤਾਂ ਜਮੀ ਜੀ ਤਰੇ ਪੇ ਲੈ ਪਾਲਾ ਜੱਫੀਆਂ ਆ ਗਿਆ ਤੇਰਾ ਲਾਡਲਾ ਆ ਗਿਆ ਆਹੋ ਆ ਗਿਆ ਦਾਰਾ ਠੀਕ ਹੈ ਪੁੱਤ ਤੂੰ ਠੀਕ ਹੈ ਬੀਬੀ ਤੂੰ ਕਿੱਥੇ ਵਗ ਗਿਆ ਤੀ ਉਹ ਮੈਂ ਜਾਣਾ ਕਿੱਥੇ ਮੈਂ ਤਾਂ ਮੇਲੇ ਤੇ ਵਗ ਗਿਆ ਤੀ ਨਮਾਦਿਆਂ ਤੇ ਰੋਟੀ ਛੱਡਣ ਨੂੰ ਰੋਟੀ ਛੱਡਣ ਨੂੰ ਕੀ ਹੋਇਆ ਲੈ ਮੇਰਾ ਮੁੰਡਾ ਨੀ ਆਇਆ ਮੇਰਾ ਮੁੰਡਾ ਨੀ ਆਇਆ ਮੰਗੇ ਮੇਰਾ ਜੀ ਨੀ ਲੱਗਦਾ ਘਰ ਤਾਂ ਸੁੰਨਾ ਸੁੰਨਾ ਪਿਆ ਤੀ ਆ ਤੇਰਾ ਬਾਪ ਹੋ ਨਹੀਂ ਟਿਕਣ ਦਿੰਦਾ ਹੈਗਾ ਬੀਬੀ ਤੂੰ ਹੀ ਨਾ ਜ਼ਿਆਦਾ ਚਿੰਤਾ ਕਰਿਆ ਕਰ ਉਹ ਕੁੜੀ ਕਿੱਥੇ ਆ ਚਾਹ ਮੰਗਾ ਨਾਲੇ ਕੁੜੀ ਨੂੰ ਤਾਂ ਛੱਡਿਆ ਓ ਬਿਆ ਹਾਏ ਦੇਖ ਲੈ ਬੋਲੇ ਹੋ ਤੁਸੀਂ ਮੈਨੂੰ ਬਿਨਾ ਪੁੱਛੀ ਛੱਡਿਆ ਹੈ ਸਾਨੂੰ ਕਿਹਨੇ ਕਿਹਾ ਤੇ ਵੀ ਛੱਡ ਕੇ ਆਉਣਾ ਤੇਰਾ ਬਾਪ ਛੱਡ ਕੇ ਆਇਆ ਤੇਰੇ ਬਾਪ ਤੇ ਜਾਣਾ ਬੰਨਤਾ ਤੂੰ ਨਾਲੇ ਨਹੀਂ ਤੀ ਦੇਖੀ ਮੈਂ ਕਰੀ ਗਿਆ ਹੈ ਛੱਡ ਜਾ ਕੁੜੀ ਨੂੰ ਰੇ ਤੂੰ ਸਿਆਣੀ ਬਣ ਜਾ ਐ ਕਹਾੜੀਆਂ ਲੈ ਲੈ ਮੇਰੇ ਮਾਗਰ ਪੈਂਦਾ ਪੁੱਤੇ ਤੇ ਤੂੰ ਮੰਗਰੋਂ ਲੈ ਕੱਲਾ ਰੂਪੀ ਕਰਿਆ ਸਾਰੇ ਕੰਮ ਦੇਖ ਲੈ ਜੇ ਮੈਂ ਰਜਿਸਟਰੀ ਕਰਾਉਣੀ ਤੀ ਤੂੰ ਨਾਲੇ ਕਰੀ ਤੀ ਜਦ ਸੁਲਾ ਕਰਾਈ ਤੀ ਉਹ ਜੇ ਉਹਨਾਂ ਨੇ ਕੁੜੀ ਮਾਰ ਦਿੱਤੀ ਦੇਖ ਲੈ ਐ ਕਰ ਲੂਗੀ ਝੂਠੀਆਂ ਵਰਗਾ ਮੂਥੜਾ ਹੈ ਮਾੜਾ ਮੋਟਾ ਪੁਰਸ਼ ਦੇ ਦੰਦ ਘਸਾ ਲਿਆ ਕਰ ਹਾਏ ਮੇਰੇ ਅੱਬਾ ਰਹਿੰਦੀ ਆ ਸਾਰਾ ਦਿਨ ਕੋਈ ਰੱਬ ਲੱਗਦੀ ਗੱਲ ਕਰ ਲੈ ਠੰਡਾ ਦਿੱਤਾ ਪਾਣੀ ਲਿਆ ਦੇ ਮੁੰਡੇ ਨੂੰ ਹਾਏ ਮੇਰੇ ਅੱਬਾ ਉਹ ਜੇ ਉਹਨਾਂ ਨੇ ਕੁੜੀ ਮਾਰਤੀ ਲੈ ਕੁੜੀ ਨਾ ਕਿਤੇ ਮਾਰਤੀ ਚੁੱਪ ਕਰ ਜਾ ਕਰ ਸਾਰਾ ਦਿਨ ਉਹ ਪਾਪੇ ਤੁਸੀਂ ਤਾਂ ਸਾਰੇ ਕੰਮ ਪੁੱਠੇ ਕਰਦੇ ਹੋ ਜੇ ਉਹਨਾਂ ਨੇ ਕੁੜੀ ਮਾਰਤੀ ਛੱਡਿਆ ਚੌੜੇ ਹੋ ਕੇ ਉੱਥੇ ਐਂ ਖਾ ਲਾ ਜੀ ਦਾ ਵਾੜਾ ਕੁੜੀ ਮਾਰਤੀ ਲੈ ਪਹਿਲਾਂ ਤੇਰੀ ਮਾਂ ਦਾ ਖੁੱਲ੍ਹਾ ਛੱਡਿਆ ਹੋਇਆ ਤੈਨੂੰ ਮੈਂ ਹੀ ਸਿੱਧਾ ਕਰੂੰਗਾ ਤੈਨੂੰ ਤੇਰੇ ਪਾਈ ਨਾ ਜ਼ਿਆਦਾ ਸੰਗੜੀ ਤੈਨੂੰ ਫੇਰ ਪਤਾ ਲੱਗੂਗਾ ਤੈਨੂੰ ਜ਼ਿਆਦਾ ਚੰਬੜੇ ਫਿਰਦੇ ਹੋ ਤੁਸੀਂ ਜਮੀ ਲੋੜੇ ਪਾਉਂਦਾ ਗਾ ਨਾ ਤੈਨੂੰ ਕੀ ਗਿਆ ਖੁੱਲ੍ਹਾ ਛੱਡਣ ਨੂੰ ਅੱਲਾ ਪੁੱਤਾ ਮੇਰਾ ਤੂੰ ਹੱਥ ਲਾ ਕੇ ਦਿਖਾਈ ਮੇਰੇ ਮੁੰਡੇ ਦੇ ਤਾਂ ਹੀ ਚਾਹ ਪਾਣੀ ਦਾ ਦਿੱਤਾ ਗਲਾਸ ਭਰ ਕੇ ਚੰਗਾ ਪੁੱਤ ਹੈ ਕੋਈ ਨਾ ਚਾਹ ਪਾਣੀ ਮੈਂ ਆਪੇ ਪਿਆ ਦੂੰਗੀ ਤੈਨੂੰ ਕੀ ਲੈਣਾ ਗਾ ਮੇਲੇ 'ਚੋਂ ਆਇਆ ਮੇਰਾ ਮੁੰਡਾ ਨਾਲੇ ਮੇਲੇ 'ਚੋਂ ਆਇਆ ਫਿਰ ਖਾ ਲਾ ਰੇਉੜੀਆਂ ਲੈ ਲਾ ਗੱਲ ਪਾਪਾ ਆਏ ਵੇ ਰੱਬਾ ਮੇਲੇ 'ਚ ਹੁਣ ਮੈਂ ਨਿਆਣੀ ਹਾਂ ਮੇਰੇ ਵਾਸਤੇ ਕੀ ਲੈ ਕੇ ਆਊਗਾ ਹੋਰ ਲੈ ਕੇ ਨਾ ਆਉਂਦਾ ਕੁਛ ਇਹਦੇ ਵਾਸਤੇ ਲਿਆਂਦਾ ਖੇਡਣ ਨੂੰ ਖੇਡ ਪੂਰੇ ਖੇਡ ਲੈਂਦਾ ਓਏ ਦਾ ਆਪੇ ਖੇਡਦਾ ਕਦੇ ਮੇਰਾ ਬੀਬੀ ਵੱਧ ਗਿਆ ਕਦੇ ਫਲਾਣਾ ਮੁੰਡਾ ਪਾਰਾ ਹੁਣ ਅੰਦਰ ਲੈ ਜਾ ਜੱਫੀਆਂ ਪਾਲਾ ਦੇ ਨਾਲ ਆ ਉਧਰੀ ਪਈਆ ਦੇਖ ਲੈ ਕਰਦੀ ਕੀ ਆ ਲੱਛਣ ਚੱਲ ਲੈ ਜਾ ਇਹਨੂੰ ਚਾਹ ਪਾਣੀ ਦਾ ਪਿਆ ਦੇ ਸਾਰਾ ਦਿਨ ਮੂਤ ਤੇ ਚੜੀ ਰਹਿਣੀ ਆ ਉੱਠਦੀ ਨਹੀਂ ਕਰਦੀ ਨਹੀਂ ਮੱਜੇ ਤੋਂ ਇਹ ਨਹੀਂ ਹਟ ਚੰਦਰੀ ਬਰਿਆਂਦ ਜੀ ਤੈਨੂੰ ਬੁੜਕੀ ਜਣਾ ਸਭ ਦੇ ਮੇਰਾ ਤੇਰੇ ਪਲਿੱਤਰੇ ਵਗ ਜਾ ਤੇਰੇ ਤੇ ਜੇ ਖੜੇ ਹੁਣੇ ਆਏ ਬੋਲਦਾ ਹੈ ਮਾਂ ਆਏ ਹੁਣ ਬੋਲਣ ਨੂੰ ਕੀ ਮੇਰਾ ਮੂੰਹ ਸਿਉਂਦੇ ਸੂਈ ਲੈ ਦੇ ਹਟਾ ਲੈ ਇਹਨੂੰ ਜਿੱਦਣ ਅਸੀਂ ਨੇ ਦੋਨੇ ਮਾਂ ਪੁੱਤਾਂ ਨੇ ਫੜ ਲੈਣਾ ਤੇ ਟੁਕੜੇ ਟੁਕੜੇ ਕਰ ਦਾਂਗੇ ਉਹ ਤੂੰ ਪਹਿਲੀ ਨਾ ਕਿਤੇ ਤੂੰ ਆਪਦਾ ਬੀਬੀ ਜਪਦਾ ਨਹੀਂ ਆ ਲੱਗ ਜਣੇ ਕਾਲੀਆਂ ਪੀਣੀਆਂ ਜਾਂ ਅੱਖਾਂ ਕੱਢਣ ਇਹਨੂੰ ਮੈਂ ਕਹਿੰਦਾ ਤੂੰ ਬਚ ਕੇ ਰਹਿ ਸਤ ਅਸੀਂ ਮਾਂ ਵਗ ਜਾ 100 ਗ੍ਰਾਮ ਦੀ ਮੱਟੀ ਵਾਂਗੂ ਮੁੜਕੀ ਜਾਂਦੀ ਆ ਪਗ ਜਾ ਜਾਣ ਤੇ ਤੂੰ ਖੜ ਜਾ ਮੰਗੇ ਹਟਾ ਲੈ ਹੈਗੀ ਕਿਤੇ ਮੇਰਾ ਮੁੰਡਾ ਚੁੱਪ ਨਹੀਂ ਕਰ ਜਾਂਦਾ ਤੇ ਤੂੰ ਉਹੀ ਬੋਲੀ ਜਾਂਦਾ ਵਗ ਜਾ ਉੜਨਾ ਹੜਦੀ ਨਹੀਂ ਹੈਗਾ ਲੱਗਦਾ ਉਹਦੇ ਵੱਡਾ ਲਿਆ ਦੇ ਪਹਿਲਾਂ ਪਾਣੀ ਦਾ ਫੂਕ ਦੇ ਜਾਣ ਨਾ ਪੁੱਛ ਸਰਚ ਗਲੀਆਂ ਕਰਦੀ ਆ ਜੇ ਵੀ ਜੇ ਚ ਜਾਣਾ ਬੀਬੀ ਇਹ ਡੂਮਣਾ ਮਖਿਆੜਾ ਜੇ ਗਲ ਪੈਂਦਾ ਕੇ ਲੈ ਬੜੀ ਬੜੀ ਘਟਾ ਇਹਨੇ ਦਾ ਕਾਰਡ ਵਧਾਤਾ ਲੱਗਦਾ ਜਿਹੜਾ ਬੁੜਕਦਾ ਜਾਦੇ 5000 ਰੁਪਏ
ਦੇਵਾਂਗਾ ਲਿਆ ਕੇ ਦਿੰਨੀ ਆ ਤੂੰ ਮੈਂ ਪਰਦੀ ਆਰਾਮ ਮੈਂ ਅੰਦਰ ਵਗ ਜਾ ਪਾਣੀ ਲਿਆ ਦੇ ਮੇਰਾ ਸੰਗ ਸੁਕਰੇ ਮੈਂ ਉਹਨੂੰ ਕਾਲੇ ਨੂੰ ਕਹੂੰਗਾ ਵੀ ਇਹਦੀ ਬੰਦ ਕਰ ਹਾਂ ਹਾਂ ਅੰਦਰ ਜਾ ਕੇ ਕਾਲੇ ਨੂੰ ਉਹਦਾ ਸਮਾਂ ਲਾਉਂਗੀ ਵੇ ਕਾਲੀ ਜੀ ਵਾਲੀ ਸਾਰਾ ਦਿਨ ਨਜ਼ਰ ਬੱਟੂ ਜੀ ਮੂੰਹ ਕਰ ਲੂਗੀ ਸਾਰਾ ਦਿਨ ਕੰਮ ਕਰ ਲੈ ਕੋਈ ਦੋ ਟਕੇ ਦਾ ਦੱਸ ਹੈ ਰੂਪ ਸੂ ਤੇ ਚੜ ਜੂ ਐਂ ਕਰਤਾ ਐਂ ਕਰਤਾ ਵੀ ਤੂੰ ਇੱਦਣ ਦੀ ਆਈਆਂ ਮੁੱਢ ਬੰਨ ਰੱਖੇ ਮਾੜਾ ਮੋਟਾ ਸਮਝਾ ਕੇ ਰੱਖਿਆ ਕਰ ਜਵਾਕਾਂ ਨੂੰ ਬਹਿ ਜਾ ਬਰਾ ਰੁਕ ਗਿਆ ਨਹੀਂ ਪਿਆਰ ਲੱਸਿਆ ਤੂੰ ਬਾ ਲੈ ਕੇ ਦੇ ਮੇਰੇ ਤਾਂ ਕਾਲਜਾ ਮੱਚੀ ਜਾਂਦਾ ਖਰਾਬ ਕਰਿਆ ਥੋੜਾ ਜਾ ਉਹਨੇ ਤੂੰ ਕਿਹੜਾ ਪੀਂਦਾ ਨੀ ਦੱਸ ਪਤਾ ਤੂੰ ਵੀ ਤਾਂ ਲੱਸੀ ਪੀਂਦਾ ਹੋਏਗਾ ਫਿਰ ਤੇ ਮਨੂ ਸਾਲੇ ਦੇ ਮੈਂ ਮੇਰੇ ਕਿ ਨਹੀਂ ਆਇਆ ਜਿਹੜਾ ਜੀ ਆ ਹੋਰ ਹੁਣ ਲਿਆ ਕੇ ਦੇ ਇਹਨੂੰ ਆਧੇ ਡੱਕਾ ਉਦੋਂ ਤਾਂ ਸਾਵਰ ਨਾਲ ਪੀਂਦਾ ਨੀ ਕੰਜਰ ਬੇਸਾਵਰਾ ਹੋ ਜਾਂਦਾ ਜਮੀ ਹੈ ਮੈਨੂੰ ਐਂ ਦੱਸ ਐਡੀ ਕਿ ਤੇਰੇ ਅੱਗ ਲੱਗੀ ਹੋਈ ਹੁੰਦੀ ਹੈ ਜਿਹੜੀ ਤੂੰ ਤੜਕੀ ਬੋਤਲ ਖੋਲ੍ਹ ਕੇ ਬਹਿ ਜਾਂਦਾ ਹੈ ਜਾ ਕੇ ਖੇਤ ਤੈਨੂੰ ਐਂ ਹੈ ਵੀ ਇਹਨਾਂ ਨੂੰ ਕਿਹੜਾ ਪਤਾ ਲੱਗਦਾ ਹੈ ਮੈਂ ਖੇਤ ਮੋਟਰ 'ਤੇ ਜੋ ਮਰਜ਼ੀ ਕਰੀ ਜਾਵਾਂ ਸਾਰੀ ਨਿਗਾਹ ਮੇਰੀ ਸਾਰੀ ਬਿੜਕ ਤੇਰੇ 'ਚ ਹੁੰਦੀ ਹੈ ਨਹੀਂ ਬੇਬੇ ਤੜਕੀ ਕਿੱਥੇ ਪੀਤੀ ਆ ਉਹਦਾ ਹੱਥਣੇ ਜਿਹਾ ਪੀਤੀ ਤੀ ਮੈਂ ਤੂੰ ਜਾਣ ਦੇ ਮਗਰ ਜਾਣ ਦੇ ਤੂੰ ਤਾਂ ਚਾਹ ਦੀ ਥਾਂ ਵੀ ਦਾਰੂ ਪੀਣ ਲੱਗ ਜੇ ਤੇਰੇ 'ਤੇ ਅਸੀਂ ਨਾ ਕੰਟਰੋਲ ਕਰੀਏ ਹਾਏ ਦੇਖ ਹਾਂ ਬਾਪੂ ਦੇਖ ਲਾ ਬਦਨਾਮ ਕਰਦੇ ਬੇਬੇ ਮੈਨੂੰ ਮੈਂ ਪੀਨਾ ਇੰਨੀ ਕਿੱਥੇ ਤੂੰ ਕਰਜਾ ਹੁਣ ਮੁੜਕੀ ਕਿਉਂ ਜਾਨਾ ਇੱਕ ਤਾਂ ਖੋਟਾਂ ਵਾਲੇ ਮੂਹਰੋਂ ਲੱਗ ਰਿਹਾ ਹਲੇ ਆਕੜਨਾ ਮੇਰੀ ਗੱਲ ਸੁਣ ਲਓ ਜੀ ਆਹ ਬਹੁਤ ਹੋ ਗਿਆ ਸ਼ਰਾਬ ਪੀਣੀ ਬੰਦ ਕਰ ਦੋ ਨਹੀਂ ਮੈਂ ਆਪਦੇ ਪੇਕੇ ਵਗ ਜੂੰਗੀ ਦੱਸਤਾ ਮੈਂ ਬਹੁਤ ਤੰਗ ਆਈ ਪਈ ਤੁਹਾਡੇ ਤੋਂ ਉਹ ਨਹੀਂ ਪੁੱਤ ਤੈਂ ਕਾਹਨੂੰ ਜਾਣਾ ਕਿਤੇ ਨਹੀਂ ਜਾਣਾ ਹੈਗਾ ਹੈ ਮੈਂ ਆਪੇ ਦੇਖੂ ਨੂੰ ਕੰਜਰ ਨੂੰ ਦੇਖਾਂ ਹੁਣ ਪੀਂਦਾ ਕਿ ਨਹੀਂ ਪੀਂਦਾ ਹੈ ਬਾਪੂ ਜੀ ਕਿੱਥੋਂ ਟਿਕਦਾ ਹੈ ਕੱਲ ਵੀ ਤੁਹਾਨੂੰ ਮੈਂ ਭੇਜਿਆ ਸੀ ਤਾਂ ਜਾ ਕੇ ਫੜ ਲਿਆ ਨਹੀਂ ਪਤਾ ਨਹੀਂ ਹੋਰ ਕਿੰਨੀ ਕੁ ਡਫ ਮਾਰ ਕੇ ਆਉਂਦਾ ਬਾਪੂ ਯਾਰ ਕਾਂ ਨੂੰ ਹੁਣ ਕਹਿ ਰਿਹਾ ਖੁਸ਼ੀ ਦੀ ਥੋੜੀ ਜਿਹੀ ਮੈਨੂੰ ਤਾਂ ਮਿਲੀ ਮੈਂ ਤਾਂ ਕਾਲੀ ਖੁਸ਼ੀ ਹਾਂ ਕਾਲੀ ਖੁਸ਼ੀ ਸਾਲੇ ਨੂੰ ਉਹ ਤੂੰ ਕਹਿ ਦੇ ਉਹ ਕਹਿੰਦੇ ਮੈਂ ਗਾਹਾਂ ਵਾਸਤੇ ਨਹੀਂ ਪੀਂਦਾ ਮੜਿਆ ਕਹਿ ਦੇ ਤੂੰ ਸੰਗਾ ਨਹੀਂ ਨਹੀਂ ਪੀਂਦਾ ਗਾਹਾਂ ਵਾਸਤੇ ਨਹੀਂ ਪੀਂਦਾ ਮੈਂ ਚਾਹ ਲਿਆ ਦੇ ਫਿਰ ਚਾਹ ਦਾ ਗਲਾਸ ਲਿਆ ਦੇ ਨੂੰ ਨਾਲੇ ਮੈਨੂੰ ਲਿਆ ਦੇ ਮੈਂ ਪੀ ਲੂੰਗਾ ਭੋਰਾ ਬਾਪੂ ਜੀ ਕਿੱਥੋਂ ਚਾਹ ਪੀਂਦਾ ਮੈਂ ਤਾਂ ਲੱਸੀ ਪੀਊਂਗਾ ਤੁਹਾਨੂੰ ਲਿਆ ਦੇਣੀ ਹੈ ਮੈਂ ਤਾਂ ਲੱਸੀ ਨਹੀਂ ਪੀਊਗਾ ਹਾਂ ਨਾ ਹੁਣ ਤਾਂ ਇਹਦੀਆਂ ਮਾਰੀ ਜਾਣਾ ਸਾਈਬਰਾਂ ਫਿਰ ਵਦੀਨ ਤੂੰ ਹੀ ਹੋਵੇਗਾ ਪਾਲਾ ਜਿਹੜੇ ਨੱਥ ਪੈਂਦੇ ਮੈਂ ਤੈਨੂੰ ਦੱਸਾਂ ਹਾਂ ਇਹ ਨਹੀਂ ਰਹੀ ਕੰਟਰੋਲ 'ਚ ਆਉਣ ਵਾਲਾ ਤੈ ਤਾਂ ਲਾਜ ਵੀ ਨਹੀਂ ਆਪਦੇ ਕੰਟਰੋਲ 'ਚ ਰੱਖੀ ਕਿਸੇ ਨੇ ਕਿਹਾ ਕਿ ਨੂੰਹ ਤੀ ਤੇਰੇ ਆਖੇ ਕਿੱਥੋਂ ਲੱਗ ਜੂਗੀ ਹੈਂ ਤੈ ਤਾਂ ਸਾਰੀ ਲਾਦ ਵਿਗਿਆੜਤੀ ਵਿਗਿਆੜੀ ਹੈ ਤਾਂ ਤੇਰੇ ਪੈਰੋਂ ਵਿਗੜੇ ਦੇ ਸਾਰੇ ਹਾਂ ਤੈ ਕਿਸੇ ਨੂੰ ਨਹੀਂ ਕਿਸੇ ਢੂਆ ਨਹੀਂ ਕੁੱਟਿਆ ਅੱਜ ਤੱਕ ਵੜ ਕੇ ਮੇਰੇ ਇੱਕ ਨਹੀਂ ਡਾਂਗ ਲੈ ਕੇ ਆ ਜਾਣਾ ਆ ਸੰਭਾਲ ਲੈ ਲਾਦ ਨੂੰ ਲਾਦ ਨੂੰ ਸੰਭਾਲ ਲੈ ਹਲੇ ਵੀ ਕੱਖ ਰਹਿ ਜਾਣਗੇ ਦੇਖ ਲਾ ਓਏ ਜਿਹਦਾ ਖੋਟ ਆ ਉਹਨੂੰ ਕਹਿੰਦੀ ਨਹੀਂ ਮੈਨੂੰ ਊਈ ਖਾਮ ਖਾਈ ਕਹੀ ਜਾਂਦੀ ਆ ਤੇਰੇ ਪੇਕਿਆਂ ਨੇ ਲਾਇਆ ਇਹ ਛੋਟਾ ਹੁੰਦਾ ਉੱਥੇ ਜਾਂਦਾ ਹੁੰਦਾ ਸੀ ਆਪਦੇ ਮਾਮੇ ਲਵੇ ਹਾਂ ਉੱਥੇ ਲੱਗਿਆ ਸਾਰਾ ਕੁਛ ਫਿਰ ਉਹਦੇ ਲੋਕ ਘਰ ਪਵਾਉਣ ਪਾ ਗਿਆ ਉਹ ਗਿੱਲ ਨੇ ਕੋਠੀ ਪਾਈ ਆ ਆ ਜਾ ਭਾਣਜੇ ਲਾਲਾ ਲਾਲਾ ਭਾਣਜੇ ਲਾਲਾ ਭਾਣਜੇ ਉੱਥੇ ਲੱਗਿਆ ਉਦੋਂ 2 ਮਹੀਨੇ ਲਾ ਕੇ ਆਈ ਹੁਣ ਕਾਹਨੂੰ ਕਹਿਣੀ ਆ ਹੁਣ ਨਾ ਪਿੱਟ ਤੂੰ ਹਾਂ ਦੋਸਤ ਇਹਨੂੰ ਖਾਮ ਖਾਈ ਦੇਈ ਜਾਂਦੀ ਤੂੰ ਉਹ ਬਾਪੂ ਉੱਥੇ ਕਾਹਨੂੰ ਲੱਗਿਆ ਯਾਰ ਹਾਂ ਉੱਥੇ ਕਿੱਥੇ ਲੱਗਿਆ ਮੈਂ ਮੇਰੀ ਗੱਲ ਸੁਣ ਲੈ ਮੇਰੇ ਪੇਕਿਆਂ ਨੂੰ ਬਦਨਾਮ ਨਾ ਕਰ ਹੈ ਇਹ ਤਾਂ ਤੇਰੇ ਭੜੋਈਏ ਨੇ ਲਾਇਆ ਜਦੋਂ ਇੱਥੇ ਤੇਰੀ ਬਾਹੂ ਨਾ ਆਉਂਦਾ ਉਸ ਦੀ ਜ਼ਮੀਨ ਉਦੋਂ ਕਹਿੰਦਾ ਚੁੱਪ ਕਰਕੇ ਲੈ ਮਗਰਾ ਆਹ ਲੈ ਜਾ 100 ਰੁਪਈਆ ਜਾ ਫਿਰ ਠੇਕੇ ਕੰਨੀ ਤਿੰਨੇ ਜਾਣੇ ਉੱਥੇ ਬੈਠ ਕੇ ਪਾਣੀ ਲਿਆ ਫਿਰ ਦੇਖੀਏ ਲਾ ਕੇ ਆਹ ਚੱਜ ਤੂੰ ਕਰਦਾ ਹੁੰਦਾ ਕਿ ਤੂੰ ਤੇਰੇ ਪੈਰੋਂ ਵਿਗੜਿਆ ਇਹ ਸਾਨੂੰ ਤਾਂ ਖਾਮ ਖਾਈ ਮਾੜਾ ਬੋਲਣਾ ਹਾਂ ਬੋਲਣਾ ਮੈਂ ਤਾਂ ਬੋਲਣਾ ਹੀ ਨਹੀਂ ਕਦੇ ਚੰਗਾ ਕਿਵੇਂ ਬੋਲਾਂ ਮੈਨੂੰ ਹਾਂ ਮੈਨੂੰ ਤੇਰੇ ਲੱਛਣਾਂ ਦਾ ਪਤਾ ਹੈ ਹਾਂ ਤੂੰ ਲੱਛਣਾਂ ਤੋਂ ਕਦੇ ਆਵਾਜ਼ ਨਹੀਂ ਆਇਆ ਉਹ ਬਾਪੂ ਹੈ ਤਾਂ ਮੈਂ ਹੋਰ ਲਾਇਆ ਕਰੂੰਗਾ ਪਤਾ ਕੀ ਆ ਹਜੇ ਮੇਰੇ ਸਾਲੇ ਦਾ ਵਿਆਹ ਵੀ ਕਰਨਾ ਮੰਗੇ ਦਾ ਉੱਥੇ ਤਾਂ ਅਸੀਂ ਢੋਲ ਚਾੜਾਂਗੇ ਪੂਰਾ ਨਾਲੇ ਮਹੀਨਾ ਘਰੇ ਨਾ ਆਈ ਉੱਥੇ ਰਹੀ ਜੇ ਇੱਥੇ ਘਰੇ ਆਇਆ ਨਾ ਮਹੀਨਾ ਲੱਤਾਂ ਤੋੜ ਦੂ ਤੇਰੀਆਂ ਮੰਗੇ ਦੇ ਵਿਆਹ ਵੇਲੇ ਇੱਥੇ ਪੀ ਕੇ ਲੇਟੇਗਾ ਤੇਰੇ ਖਾਖਾਂ ਮੈਂ ਪਾੜੂ ਨਾ ਬੇਬੇ ਮੇਰੀ ਗੱਲ ਸੁਣ ਫਿਰ ਬੰਦਾ ਖੁਸ਼ ਜੇ ਪੀਊਗਾ ਵੀ ਨਹੀਂ ਮੇਰੇ ਸਾਲੇ ਦੇ ਵਾ ਕੱਲਾ ਕੱਲਾ ਸਾਲਾ ਮੇਰਾ ਆਹੇ ਹੁਣ ਕੀ ਨਾਲ ਰੋਇਆ ਕਰਿਆ ਰੋਜ਼ ਹੋਈਨਾ ਹੁਣ ਤਾਂ ਉਹੀ ਖੁਸ਼ੀ ਹੀ ਤੀ ਬਸ ਕੋਈ ਉਹ ਬਸ ਕਰ ਓਏ ਕੋਈ ਨਾ ਖੁਸ਼ੀ ਤਾਂ ਹੀ ਹੁੰਦਾ ਐਵੇਂ ਨਹੀਂ ਜਿਆਦਾ ਬੋਲਦੇ ਹੁੰਦੇ 3 ਮਿੰਟ ਨਾਲ ਨਹੀਂ ਬੋਲਦੇ ਨਾਲੇ ਆ ਜਦੋਂ ਬਾਪੂ ਨੇ ਜਿਹੜਾ ਪੀਤੀ ਨਹੀਂ ਫਿਰ ਮੈਨੂੰ ਕੱਲੇ ਨੂੰ ਖਾਇਦੇ ਨਾ ਬਿਨਾਂ ਗੱਲ ਤੋਂ ਤੁਸੀਂ ਪੈ ਜਾਂਦੇ ਹੋ ਉਹੀ ਜਰਾ ਮਾੜਾ ਮੋਟਾ ਪੜਦੇ ਨਾਲ ਪੀਂਦੇ ਹੁੰਦੇ ਨੇ ਮੈਂ ਤੇਰੇ ਵਾਂਗੂ ਐ ਨਹੀਂ ਬੁੱਕਦਾ ਦੀ ਘਰੇ ਆ ਕੇ ਐਦਾਂ ਖੇਤੇ ਸਾਰਾ ਇੰਤਜ਼ਾਮ ਰੱਖਦੇ ਤੇ ਹਾਂ ਤੂੰ ਤਾਂ ਇੱਥੇ ਆ ਕੇ ਲੱਗ ਜਾਣਾ ਹੰਨੇ ਤੇ ਬੁੱਕਣਾ ਹੰਨੇ ਤੇ ਕੀ ਮੈਂ ਤਾਂ ਖੇਤੇ ਪਿਆ ਦੀ ਚੱਕ ਕੇ ਲਿਆਉ ਮੈਨੂੰ ਤੁਹਾਨੂੰ ਹਾਂ ਹੱਦ ਹੋ ਗਈ ਜਮੀ ਜਮੀ ਨਹੀਂ ਹੱਦ ਹੋ ਗਈ ਮੇਰੀ ਗੱਲ ਸੁਣ ਲਓ ਜੀ ਬਹੁਤ ਹੋ ਗਿਆ ਤੁਹਾਡੀਆਂ ਗੱਲਾਂ ਮੰਗੇ ਦਾ ਵਿਆਹ ਹੋਊਗਾ ਨਾ ਕੋਈ ਨਹੀਂ ਸ਼ਰਾਬ ਸ਼ਰੂਬ ਚੱਲੂਗੀ ਲੱਗਿਓ ਬੜੀ ਸ਼ਰਾਬ ਚੱਲੂਗੀ ਮੈਂ ਨਹੀਂ ਜਾਂਦਾ ਫਿਰ ਉੱਥੇ ਮੈਂ ਉੱਥੇ ਕੀ ਮੱਥਾ ਟੇਕਣ ਜਾਊਂਗਾ ਨਾ ਜਾਇਓ ਘਰੇ ਰਹਿ ਲਿਓ ਲੋੜ ਨਹੀਂ ਹੈਗੀ ਫਿਰ ਸਾਨੂੰ ਵੀ ਲੈ ਜਾਣ ਦੀ
ਉਹ ਕੋਈ ਨਾ ਪੁੱਤਾ ਖੁਸ਼ੀ ਦਾ ਟਾਈਮ ਆ ਸਾਰਾ ਕੁਝ ਹੋ ਜਾਊਗਾ ਆ ਦੇਖ ਲਓ ਬਾਪੂ ਜੀ ਹੁਣ ਤੁਸੀਂ ਵੀ ਸਹਿ ਦੇਈ ਜਾਂਦੇ ਇਹਨੂੰ ਬੇਬੇ ਦੇਖ ਲੈ ਤੂੰ ਆਪ ਹੀ ਮੈਂ ਕੀ ਕਰਾਂ ਮੈਂ ਤਾਂ ਬਥੇਰੇ ਜੁੱਤੀਆਂ ਲਾਉਂਦੀਆਂ ਮੇਰੀ ਤਾਂ ਚੱਲਦੀ ਨਹੀਂ ਮੇਰੇ ਕੰਨੀ ਆਉਂਦੇ ਨੇ ਛਿੱਤਰ ਲੈ ਕੇ ਜੇ ਮੈਂ ਸਮਝਾਉਂਦੀ ਹਾਂ ਮਾੜਾ ਮੋਟਾ ਹੁਣ ਕੁਝ ਨਹੀਂ ਬਣਦਾ ਹੈਗਾ ਉਦੋਂ ਦੇਖਣਾ ਸੀ ਜਦੋਂ ਲੱਗਿਆ ਹੁਣ ਤਾਂ ਇਹਨੂੰ ਕੁਝ ਮਰਜ਼ੀ ਕਹਿ ਲਓ ਇਹ ਤਾਂ ਹੁਣੇ ਹੀ ਜਾਊਗੀ ਅੱਡਾ ਨਾਲ ਬਸ ਠੀਕ ਹੈ ਬਾਪੂ ਜੀ ਇਹ ਸ਼ਰਾਬ ਪੀ ਚਲੇ ਇਹ ਤਾਂ ਸ਼ਰਾਬ ਨਹੀਂ ਛੱਡੀ ਜਾਂਦੀ ਨਾ ਮੈਨੂੰ ਤਾਂ ਛੱਡ ਸਕਦਾ ਮੈਨੂੰ ਛੱਡ ਦੇ ਐਂ ਕਿਵੇਂ ਹੋ ਪਿਆ ਗੇਟ ਟੱਪ ਫਿਰ ਐ ਬਾਪੂ ਬਾਗ ਤੂੰ ਯਾਰ ਹੋਈ ਮੈਂ ਬੰਦਾ ਨਹੀਂ ਫਿਰ ਯਾਰ ਹੁਣ ਹੈ ਬਾਪੂ ਜੀ ਬਾਗ ਜਾ ਫਿਰ ਇਹ ਕਹਿੰਦਾ ਜਾ ਬਾਗ ਜਾ ਓ ਨਹੀਂ ਬਾਗ ਜਾ ਨਹੀਂ ਮੈਂ ਕਾਨੂੰ ਜਾ ਨਹੀਂ ਮੈਂ ਤਾਂ ਓ ਤੂੰ ਬੋਲੀ ਨਾ ਹਮੇ ਕਿਸੇ ਥੋਂ ਦੀ ਪਾਗ ਲਾਏ ਐ ਕਿ ਤੜਕੀ ਉੱਠਣ ਸਾਰ ਪੁੱਛਣੀ ਜੇ ਇਹਨੇ ਕਹਿੰਦਾ ਬਾਗ ਜਾ ਨਹੀਂ ਆ ਬਾਗ ਜਾ ਫਿਰ ਬਾਗ ਜੀ ਕਿਉਂ ਕਮਲੀ ਹੋਈਆਂ ਆ ਤੇਰਾ ਬਾਪ ਬਥੇਰੀ ਪੀਂਦਾ ਹੁਣ ਤੇ ਆਪੇ ਖੜ ਗਿਆ ਹੈ ਉਮਰ ਦੀ ਲਿਹਾ ਜਾਂ ਇਹ ਖੜ ਜੂਗਾ ਇੱਕ ਜਾ ਆਈ ਨਹੀਂ ਕਰ ਪੱਟੀ ਨਾ ਹੁੰਦਾ ਐਵੇਂ ਰੁੱਸ ਕੇ ਜਾਈਦਾ ਹੁੰਦਾ ਬੰਦਾ ਲੱਟੀਆਂ ਤੜਾ ਕੇ ਆਪੇ ਖੜ ਜਾਂਦਾ ਆ ਦੇਖ ਲੈ ਬਥੇਰੇ ਪੈਰ ਮਾਰੇ ਨੇ ਮੈਂ ਜਾਨੀਆਂ ਆ ਬੈਠੀ ਇੱਥੇ ਕਿਤੇ ਨਹੀਂ ਜਾਂਦਾ ਹੁੰਦਾ ਅਗਲਾ ਆਹੋ ਚੁੱਪ ਕਰਕੇ ਆਦਾ ਕੰਮ ਧੰਦਾ ਕਰਦਾ ਰੋਟੀ ਹੱਦ ਹੋ ਰਹੀ ਹੈ ਮੈਨੂੰ ਮੇਰੇ ਤੇ ਲੈ ਕੇ ਛੱਡੂ ਗੱਲ ਮੇਰੇ ਤੇ ਲੈ ਕੇ ਛੱਡੂ ਨਾਲੇ ਮੈਂ ਕਹਿੰਦੇ ਵੀ ਮੈਨੂੰ ਨਾ ਬੁਲਾਇਆ ਕਰ ਨਾ ਬੁਲਾਇਆ ਕਰ ਜਾਣ ਲੱਗੀ ਤਾਂ ਫਿਰ ਮੈਨੂੰ ਤੂੰ ਜਾਣ ਦੇ ਦਿੰਦਾ ਤੀ ਨਾਲੇ ਹਨਾ ਇੱਥੇ ਕੁੱਟ ਕੇ ਬਿਠਾ ਲੈਂਦਾ ਤੀ ਤੇਰਾ ਪਹਿਲੇ ਦਿਨ ਹੱਥ ਖੋਲਿਆ ਹੋਇਆ ਹੱਥ ਹੁਣ ਨਹੀਂ ਮੈਂ ਚੇਤਰ ਖਾਂਦੀ ਬਥੇਰੇ ਖਾ ਲਈ ਬਸ ਪਰ ਮੰਮੀ ਜੀ ਤੁਸੀਂ ਕਿਉਂ ਬੀਪੀ ਵਧਾਇਆ ਇਹਨਾਂ ਦੀ ਤਾਂ ਆਦਤ ਹੀ ਐਵੇਂ ਆ ਨਾ ਕੀ ਗੱਲ ਸਵੇਰੇ ਸਵੇਰੇ ਗਾਹ ਪਾ ਰੱਖਿਆਗਾ ਉਹ ਗਾਹ ਕਾਹਨੂੰ ਪਾਇਆ ਕੁੜੀਏ ਇਹ ਤਾਂ ਗੱਲ ਐ ਆ ਦੇਖ ਮੇਰੇ ਸਾਲੇ ਦਾ ਵਿਆਹ ਹੋਊਗਾ ਮੰਗੇ ਦਾ ਤੇ ਆਪਾਂ ਉੱਥੇ ਚਾੜਾਂਗੇ ਹੁਣ ਢੋਲ 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 ਫੇਰ ਚਾੜ ਲਓ ਪਹਿਲਾਂ ਮੈਨੂੰ ਬੱਸ ਚਾੜਿਆ ਹੋ ਜਾ ਕੇ 9 ਵੱਜ ਗਏ ਵੀਰੇ ਉਹ ਚੱਲ ਪੁੱਤ ਮੈਂ ਚਾੜ ਕੇ ਆਉਣਾ ਬੱਸ ਤੈਨੂੰ ਇਹ ਕਿਹੜਾ ਚਾੜ ਕੇ ਆਊਗਾ ਗੱਡੀ ਰਹੇ ਚੱਲ ਚਲੀਏ ਆ ਮੈਂ ਖੇਤ ਵਗ ਜਾਣਾ ਫਿਰ ਖੇਤ ਕੀ ਕਮਾਈ ਕਰੇਗਾ ਉਹਰੇ ਕਰ ਲੈ ਕੰਮ ਧੰਦਾ ਘਰੇ ਮਾੜਾ ਮੁੱਟਾ ਡੰਗਰ ਪਸ਼ੂ ਨੂੰ ਆਦੇ ਖੇਤ ਦੀ ਸਪਰੇ ਕਰਨ ਵਾਲੀ ਉਹਨੂੰ ਕੌਣ ਕਰੂਗਾ ਮੈਂ ਹੀ ਕਰੂਗਾ ਵੀ ਕਰ ਦੇਗਾ ਹਾਂ ਹਾਂ ਤੁਰਿਆ ਤਾਂ ਤੂੰ ਜਾਂਦਾ ਨਹੀਂ ਹੈਗਾ ਹਾਂ ਜਾਨਾ ਮੈਂ ਤਾਂ ਆਇਆ ਬਸਾਲੇ ਕੁੜੀਏ ਮੇਰੀ ਗੱਲ ਸੁਣ ਲੈ ਦੁਨੀਆ ਪੜਨ ਜਾਂਦੀ ਹੈ ਚੱਜ ਦੇ ਕੱਪੜੇ ਪਾ ਕੇ ਜਾਇਆ ਕਰਨ ਵਾਲੇ ਪੂਰਾ ਸੂਟ ਆ ਬਾਪੂ ਜੀ ਇਹਨੂੰ ਚੁੱਪ ਕਰਾ ਲਓ ਚਲੋ ਇਹ ਟੋਕਦੇ ਸਾਰਾ ਦਿਨ ਖਰਾਬ ਨੰਗਦਾਗਾ ਤੇ ਫਿਰ ਹੋਰ ਤੇਰੇ ਕੋਲ ਸੂਟ ਨਹੀਂ ਹੈਗੇ ਪਾਉਣ ਨੂੰ ਇਹ ਜਾਦੀ ਬੋਲਦੀ ਹੈ ਬਾਪੂ ਜੀ ਕਦੇ ਕੋ ਕੁਲਚੇ ਖਾਣ ਜਾਂਦੀ ਹੈ ਕਦੇ ਕੁਛ ਪੁੱਤਾ ਆ ਬਾਪ ਦੀ ਪੱਟੀ ਹੋਈ ਹੈ ਮੇਰੀ ਵੀ ਗੱਲ ਸੁਣ ਲੋ ਮੈਂ ਤੁਹਾਨੂੰ ਦੱਸਾਂ ਜੇ ਅੱਜ ਫਿਰ ਦਾਰੂ ਪੀ ਕੇ ਘਰੇ ਬੜਾ ਹੈ ਨਾ ਤਾਂ ਮੇਥੋਂ ਬੁਰਾ ਕੋਈ ਨਹੀਂ ਹੋਣਾ ਦੱਸਦਾ ਮੈਂ ਇਹ ਤੋਂ ਮੈਂ ਤੁਹਾਨੂੰ ਕੁਛ ਨਹੀਂ ਕਹਿਣਾ ਬਸ ਮੈਂ ਕੋਈ ਨਹੀਂ ਮੌਕਾ ਨਹੀਂ ਮਿਲਦਾ ਹੈਗਾ ਮੌਕਾ ਨਹੀਂ ਮਿਲਦਾ ਮੈਂ ਖੇਤ ਜਾਣਾ ਜਾਣ ਦੇ ਮੈਨੂੰ ਤਾਂ ਖੇਤ ਦਾ ਕੰਮ ਧੰਦਾ ਕਰਨ ਦੇ ਲੈ ਜਮੀ ਨਹੀਂ ਹੱਥ ਪੱਲਾ ਲਾਉਂਦਾ ਵੀ ਮਾੜਾ ਮੋਟਾ ਡੰਗਰਾਂ ਨੂੰ ਪਾਣੀ ਧਾਣੀ ਪਿਆਦਾ ਕਰਾਂ ਬਹਿਵਾਂਗੇ ਆ ਖੰਡੇ ਕਿਉਂ ਮੋਬਾਈਲ ਤੇ ਪੜ ਰਹੇ ਲੈ ਫੜ ਚਾਹ ਪੀ ਲੈ ਹੈ ਤੇਰੇ ਬਾਪ ਕਿੱਧਰ ਵਗਿਆ ਆ ਕੂੜੀ ਕੂੜਾ ਇਕੱਠਾ ਕਰਿਆ ਪਿਆ ਉਹ ਫਿਰਦਾ ਗਿਆ ਪਤਾ ਨਹੀਂ ਕਿੱਥੇ ਬੜਿਆ ਰਹਿੰਦਾ ਸਾਰਾ ਦਿਨ ਮੈਂ ਕੀ ਕਰਦਾ ਜਿੱਥੇ ਕੁਛ ਪਿਆ ਉੱਥੇ ਪਿਆ ਕਰਦਾ ਆਪਦੇ ਜੰਮਣ ਵਾਲਿਆਂ ਦਾ ਕਾਲਜਾ ਤੂੰ ਇਕੱਲੇ ਹੀ ਬੋਲਦਾ ਫਿਰ ਇਹਨਾਂ ਨਾਲ ਚਾਹ ਪੀ ਲਾ ਲਿਆਈ ਜਾ ਲਿਆਈ ਆਜਾ ਤੇ ਵੇਖ ਕੇ ਪੀ ਲਾ ਚਾਹ ਚੱਲ ਉਹ ਮੁੰਡੇ ਨੂੰ ਵੀ ਪਿਆ ਦਾਂ ਦੀ ਬਰਾ ਘੁੱਟ ਫੜਾ ਇਹ ਹੁਣ ਤਾਂ ਮੈਂ ਚਾਹ ਹਾਂ ਹੋਰ ਅੱਜ ਆ ਕੰਮ ਦਾ ਨਹੀਂ ਕਰਦਾ ਨਹੀਂ ਆਏ ਨਹੀਂ ਸਾਰਾ ਦਿਨ ਬੋਲਿਆ ਕਰਦੇ ਆ ਵੇ ਮੰਗੇ ਰਾਮ ਉਹ ਮੋਬਾਈਲ 'ਚ ਬੜਾ ਰਹਿਣਾ ਮਾੜਾ ਮੋਟਾ ਕੰਮ ਕੁੰਮ ਕਰ ਲਿਆ ਕਰ ਕੋਈ ਨਾ ਕਰ ਲੂਗਾ ਕੰਮ ਨੂੰ ਕਰਦਾ ਰਹੇਗਾ ਪਾਪੇ ਆ ਲੱਗ ਰਿਹਾ ਇਹਦੇ ਠੁੰਗਾ ਠੰਗੀ ਕਰਨ ਜਿਵੇਂ ਮੁਰਗੇ ਚੁੰਝਾ ਮਾਰਦੇ ਹੁੰਦੇ ਨੇ ਵੇ ਕੋਈ ਨਾ ਸਾਰਾ ਦਿਨ ਮੁੰਡੇ ਦੇ ਮਾਂ ਕਰਨੀ ਪਿਆ ਕਰਦੇ ਸਾਰਾ ਦਿਨ ਟੋਕ ਟਕਾਈਆ ਕਰੀ ਜਾਂਦਾ ਇਹਨੂੰ ਉਹ ਮੈਂ ਤਾਂ ਇਹਦੇ ਨੱਥ ਪਾਉਣ ਨੂੰ ਫਿਰਦਾ ਪਰਾਂ ਪਾ ਲੈ ਵਿਆਹ ਵੂ ਕਰ ਦਿੰਦੇ ਇਹਦੇ ਪਰਾਂ ਨੱਥ ਹਾਂ ਵਿਆਹ ਮੂੰਹ ਨਹੀਂ ਕਰਾਉਂਦਾ ਆ ਭੱਜਣ ਲੱਗ ਜਾ ਲੈ ਜਾਂ ਮਦਨ ਮੁੰਦੇ ਨੇ ਮਿਲ ਜਾਂਦਾ ਹਟਾ ਦਾਂਗੇ ਇਹਨੂੰ ਇਹਦਾ ਇੱਕ ਦਿਨ ਪਵਾਉਣੀ ਪਊਗੀ ਮੈਂ ਮੂੰਹ ਨਹੀਂ ਪਵਾਉਂਦਾ ਨਾ ਮੇਰੀ ਗੱਲ ਸੁਣ ਹੁਣ ਤਾਂ ਇਹ ਇਕੱਲਾ ਜਾਂਦਾ ਹੈ ਮੇਲੇ ਤੇ ਤੇ ਉਹਦੇ ਬਹੂ ਜਾਇਆ ਕਰੂਗੀ ਨਾਲ ਕੀ ਹੋ ਜਾਊਗਾ ਕੀ ਫਾਇਦਾ ਹੈਗਾ ਹਜੇ ਲੈ ਨਾ ਰਹਿਣ ਦੇ ਹਜੇ ਨਹੀਂ ਕਰਦੇ ਨਿਆਣੇ ਕਿਉਂ ਨਹੀਂ ਕਰਦੇ ਹੈਗੇ ਕਦੇ ਨਹੀਂ ਕਰਦੇ ਹੋਰ ਇਹਦੇ ਬਣ ਬਦਲਣਗੇ ਤੂੰ ਬਾਅਦ ਵੇ ਨਿਆਣਾ ਪਹਿਲਾਂ ਇਹਦੇ ਬਾਪ ਦਾ ਨਹੀਂ ਕਰਿਆ ਹੁਣ ਵੇ ਬਾਪ ਹੁਣ ਕਹਾਂ ਪਹਿਲਾਂ ਮੈਨੂੰ ਐਂ ਦੱਸ ਬਾਪ ਬਾਪ ਕਹਿੰਦਾ ਕਿ ਸੌਖਾ ਗਾ ਵਿਆਹ ਕਰਾ ਕੇ ਆ ਡੂਮਣਾ ਮਖਿਆਲ ਲਾਤਾ ਦੀ ਲੜ ਉਹਦੀ ਲਾਤਾ ਦੀ ਮਿੰਟ ਚ ਫਿਰ ਐਂ ਤਾਂ ਤੈਨੂੰ ਕਹਿਨੀ ਆ ਵੀ ਇਹਦੇ ਕਿ ਡੂਮਣਾ ਮਖਿਆਲ ਮਗਰ ਪਾਉਂਦਾ ਉਹ ਲਾ ਦੇ ਪਰਾਂ ਹੁਣ ਟਾਈਮ ਹੈ ਮੈਂ ਨਹੀਂ ਕਰਾਉਂਦਾ ਪਾਪੇ ਉਹ ਮੈਂ ਮੂੰਹ ਨਾ ਮੇਰੀ ਗੱਲ ਸੁਣ ਲੈ ਉਹਰਾ ਮਰੂਦ ਪੱਕੇ ਨੇ ਵੀ ਗਲ ਜਾਣਾ ਮਰੂਦ ਕੱਚੇ ਨੇ ਵੀ ਗਲਣਾ ਇੱਕ ਦਿਨ ਤਾਂ ਤੈਨੂੰ ਕੀੜੇ ਵਾਲੇ ਜੰਡ ਤੇ ਚੜਨਾ ਪਊਗਾ ਮੈਂ ਨਹੀਂ ਮੂਰੀ ਨਹੀਂ ਹੈਗਾ ਹੁਣ ਹੱਥ ਪਾ ਕੇ ਪਰਾਂ ਕਰੂੰਗਾ ਮੈਂ ਕਰਦਾ ਉਹਰਾ ਮੂੰਹ ਜਾ ਐ ਕਦੇ ਉੱਧਰ ਕਦੇ ਐ ਬੇ ਰਹਿਣ ਦੇ ਆ ਕੀ ਗੱਲ ਹੋਈ ਮਰੂਦ ਕੱਚੇ ਨੇ ਵੀ ਗਲਣਾ ਪੱਕੇ ਨੇ ਵੀ ਗਲਣਾ ਇਹ ਗੱਲਾਂ ਤਾਂ ਹੁਣ ਤੇ ਵੀ ਆ ਤੇ ਕਿੰਨੇ ਕ ਬਣ ਬਦਲਣਗੇ ਕਹੇ ਪਖਾਣੇ ਜੇ ਹੋਰ ਹੀ ਲੱਗ ਗਿਆ ਪਾਉਣ ਤੂੰ ਤਾਂ ਹੋਰ ਕੀ ਬਣ ਤੂੰ ਇੰਨੀ ਕਾਲੀ ਨਾ ਕਰ ਕੋਈ ਨਾ ਮੁੰਡੇ ਨੂੰ ਵਿਆਹ ਲਾਂਗੇ ਇਹ ਜੀ ਕਦ ਵਿਆਹੀਏ ਤੂੰ ਬਾਅਦ ਵੇ ਕੁੜੀ ਨੂੰ ਬੱਸ ਜਾਣ ਦੇ ਆਪਦੇ ਘਰੇ ਪਹਿਲਾਂ ਨਹੀਂ ਉਹਦਾ ਆਪਦੇ ਘਰੇ ਬਸੂ ਮੌਜ ਕਰੂਗੀ ਤੂੰ ਇਹਦਾ ਵਿਆਹ ਨਾ ਪਰ ਪਾਪੇ ਮੈਂ ਨਹੀਂ ਕਰਾਉਂਦਾ ਹੈਗਾ ਬਾਈ ਮੰਗੇ ਦੇਖ ਲਾ ਤੂੰ ਐਵੇਂ ਅੜੀ ਜੀ ਨਾ ਛੱਡ ਇਹਦਾ ਕੱਲ ਨੂੰ
ਬੜਾ ਬਈ ਪੰਗਾ ਛੜਿਆ ਤੂੰ ਨਾ ਕਿਸੇ ਪਾਸੇ ਟਿਕਣ ਦੀ ਐ ਨਹੀਂ ਹੈਗਾ ਵੀ ਟਾਈਮ ਨਾਲ ਨੱਥ ਪਾ ਦੇ ਪਰਾਂ ਟਿਕ ਜੂਗਾ ਮੈਂ ਨਹੀਂ ਕਰਾਉਂਦਾ ਹੈਗਾ ਆਪਦਾ ਐ ਕਿੰਨਾ ਕੁ ਚਿਰ ਚ ਭੱਜ ਲੇਗਾ ਫਿਰ ਬੇ ਮੇਰੀ ਗੱਲ ਸੁਣ ਬੇ ਨਾ ਮੁੰਡੇ ਨੂੰ ਸਾਰਿਆਂ ਨੇ ਟੋਕ ਟਕਈਆ ਕਰਿਆ ਕਰ ਕੋਈ ਨਾ ਹਜੇ ਵਿਆਹ ਦੀ ਉਮਰ ਹੋਈ ਨੀ ਨਿਆਣਾ ਗਾ ਇਹ ਕਿਉਂ ਬੇ ਕਿਉਂ ਕਬੀਲਦਾਰੀ ਚ ਪਾਉਂਦਾ ਐਡੀ ਛੇਤੀ ਇਹਨੂੰ ਉਹ 22-23 ਸਾਲ ਦੀ ਉਮਰ ਹੋ ਰਹੀ ਆ ਹੋਰ ਇਸ ਤੋਂ ਬਾਅਦ ਕੀ ਕਰੇਗੀ ਬੇ ਹੋ ਜਾਣਾ ਤੇ 30-35 ਸਾਲ ਦਾ ਹੋ ਗਿਆ ਜਦੋਂ ਮੈਂ ਤਾਂ ਫੇਰ ਵਿਆਹੂੰਗੀ ਮੁੰਡੇ ਨੂੰ ਦਰ ਫੱਟੇ ਨੂੰ ਤੇਰੇ ਆਹੋ ਇੱਥੇ ਅਸੀਂ ਰੋਜ਼ ਗੁੱਤੀ ਉਮਰ ਹੋਈ ਲੰਘਾਤੀ ਜਿਹੜੀ ਜਵਾਨੀ ਵਾਲੀ ਉਮਰ ਆ ਮੈਂ ਜਾਂ ਫੇਰ ਵਿਆਹੂੰਗੀ ਕਹਿੰਦਾ ਹੋਈ ਬੇ ਵਿਆਹੂੰ ਫਿਰ ਜਦੋਂ ਮੁੰਡਾ ਕਰਾਉਂਦਾ ਨਹੀਂ ਵਿਆਹ ਹੁਣ ਮੈਂ ਕਿਵੇਂ ਨਹੀਂ ਕਰਾਉਂਦਾ ਵਿਆਹ ਤਾਂ ਉਹਦਾ ਕਰਨਾ ਕੋਈ ਤੇਰਾ ਤਾਂ ਨਹੀਂ ਕਰਨਾ ਮੇਰਾ ਤਾਂ ਨਹੀਂ ਕਰਦਾ ਵੀ ਕਰਾ ਲਾਂਗੇ ਤੂੰ ਨਹੀਂ ਕਰਾਉਂਦੀ ਸੀ ਪਹਿਲਾਂ ਤਾਂ ਬੜਾ ਪੰਗਾ ਛੜਿਆ ਮੇਰੀ ਜਾਨ ਨੂੰ ਤੂੰ ਮੁੰਡੇ ਨੂੰ ਮਾਰੇਗਾ ਜੇ ਹਰਖ ਦਾ ਮਾਰਾ ਜਵਾਕ ਕਿਧਰੇ ਵਗਿਆ ਫਿਰ ਕੀ ਕਰੇਗਾ ਤੇ ਮੈਂ ਤਾਂ ਹਰਖਿਆ ਨਹੀਂ ਬੇ ਤੇਰੇ ਮੇਰ ਦਾ ਟਾਈਮ ਕੁਛ ਹੋਰ ਤੀਗਾ ਮੰਗੇ ਮੈਂ ਨਹੀਂ ਕਰਾਉਂਦਾ ਬੀਬੀ ਤੁਹਾਨੂੰ ਕਹਿਤਾ ਲੈ ਲੈ ਮੈਂ ਛੱਡਦੀ ਨਹੀਂ ਭੱਜ ਕੇ ਦਿਖਾਈ ਤੂੰ ਹੈ ਦੇਖ ਲੈ ਮੈਂ ਪੈਰ ਚ ਜਾਂਦਰ ਪਾਈ ਬਿਨਾ ਹਰਦੀ ਨਹੀਂ ਮਗਾ ਤੂੰ ਚਿੰਤਾ ਨਾ ਕਰ ਮੈਂ ਨਹੀਂ ਕਰਾਉਂਦਾ ਮੈਂ ਮਰੂੰਗਾ ਫਿਰ ਹਾਂ ਕਿਵੇਂ ਮਰੇਗਾ ਤੂੰ ਮਰਨਾ ਸੌਖਾ ਪਿਆ ਮਰ ਜਾਣਾ ਮੁੰਡਾ ਮਰ ਜੂਗਾ ਹਾਂ ਕਿਵੇਂ ਮਰ ਜੂਗਾ ਤੰਨ ਕਰਦੀ ਆ ਤੂੰ ਟਾਈਮ ਕਲਾਵੇ ਤੋਂ ਕੀ ਲੈਣਾ ਹਜੇ ਐਡੀ ਛੇਤੀ ਮੁੰਡੇ ਦੇ ਤੋਂ ਹੋਰ ਕੁਛ ਕਰਦੀ ਐ ਕਿਵੇਂ ਸੌਖੀ ਹੋ ਜਾਈਏ ਮੈਂ ਨਹੀਂ ਕਰਾਉਂਦਾ ਬਈ ਮੈਂ ਨਹੀਂ ਘਰ ਛੱਡ ਕੇ ਭੱਗ ਜੂ ਨਾ ਪੁੱਤ ਹਾਂ ਕਿਵੇਂ ਕਰ ਜੀਗਾ ਘਰ ਛੱਡ ਕੇ ਮਾਪੇ ਮਨਾ ਲੂੰਗੇ ਉਧਰ ਭੱਗ ਜਾ ਅੱਜ ਤੇ ਹੋ ਰਹੀ ਐ ਯਾਰ ਦੀ ਰੇਲੀ ਬਈ ਮੇਰੀ ਗੱਲ ਸੁਣ ਬਈ ਉਹ ਬੰਦੇ ਵਾਲੀ ਗੱਲੇ ਨਹੀਂ ਕਰਦਾ ਤੂੰ ਬਈ ਹਰਖ ਮਾੜਾ ਅੱਜ ਕੱਲ ਜਵਾਕਾਂ ਦਾ ਮੁੰਡਾ ਨਾ ਕੁਛ ਕਰ ਲੇ ਪਲੇਕ ਦੇ ਜਾਂ ਤੂੰ ਚੱਕ ਰੇ ਭਾਂਡੇ ਵਗ ਜਾ ਬਰਾ ਹਰ ਵੀ ਕੱਪ ਰੁੜ ਜਾਣੇ ਦੇ ਸਰ ਚਾ ਚੰਦਰੀ ਕਿੱਥੇ ਲੱਗੀ ਐ ਕਾਲ ਨਗੇਰੀ ਕੋਈ ਕੰਮ ਨਹੀਂ ਸ਼ੁੱਧਤਾ ਕਰਨ ਦਿੰਦੀ ਆ ਮੈਂ ਕਹੂੰਗਾ ਆਪਦੇ ਰਿਸ਼ਤੇਦਾਰਾਂ ਨੂੰ ਮੈਂ ਕਰਾਉਣਾ ਕੋਈ ਗਾਂ ਦੀ ਮੈਂ ਸੇਠ ਸਕਰੀ ਦੇ ਬੱਕਰੀ ਲਿਆ ਕੇ ਦੇਈਏ ਦਾ ਰਿਸ਼ਤਾ ਕਰੀਏ ਮੁੰਡੇ ਦਾ ਛੇਤੀ ਤੂੰ ਨਾ ਕੋਈ ਕੰਮ ਕਰੇ ਨਾ ਟਕੇ ਦਾ ਮੱਖੀਆਂ ਦਾ ਘਰ ਕਿੱਥੇ ਚਾਹ ਵੀ ਠੰਡੀ ਕਰ ਲਈ ਬਰਿਆਂ ਦਾ ਕਿਆ ਲੈਣ ਜਾਈਂਦਾ ਹੁੰਦਾ ਪਤਾ ਸਕੂਲ ਆ ਚੰਗਾ ਬਾਪੂ ਜੀ ਸਕੂਲ ਨਹੀਂ ਮੈਂ ਜਾਂਦੀ ਹੈਗੀ ਹੁਣ ਮੈਂ ਨਿਆਣੀ ਆ ਮੈਂ ਤਾਂ ਇੰਸਟੀਟਿਊਟ ਜਾਣੀ ਆ ਚੱਲ ਕਿਤੇ ਆਪਾਂ ਤਾਂ ਸਾਡੇ ਪਤਾ ਸਕੂਲੇ ਹੁੰਦੇ ਨੇ ਉਹ ਫਿਰ ਹੁਣ ਬਹਿ ਜਾ ਇੱਥੇ ਆ ਜੀ ਬਸ ਬਹਿ ਜਾ ਕੋਈ ਬਾਪੂ ਜੀ ਮੇਰਾ ਤਾਂ ਨਾ ਜੀ ਅੱਕਿਆ ਪਿਆ ਆਪਣੇ ਸੜੇ ਹੋਏ ਟੱਬਰ ਤੋਂ ਬੋਲੀਏ ਹੁਣ ਨਾ ਤੂੰ ਜੀ ਨੂੰ ਐਵੇਂ ਕਾ ਹੁਣ ਤਾਂ ਤੂੰ ਖਿਆਲ ਨਾਲ ਪੜ੍ਹ ਲਾ ਆਪਦਾ ਚੇਤਾ ਲਾ ਕੇ ਠੀਕ ਆ ਆਪਣਾ ਹੁਣ ਟੱਬਰ ਠੀਕ ਆ ਦੇਖ ਪਹਿਲਾਂ ਤਾਂ ਵਿਗੜ ਗਿਆ ਤੀ ਹੁਣ ਠੀਕ ਆ ਸਾਰਾ ਕੰਮ ਆਪਣਾ ਮੈਂ ਤੂੰ ਦੱਸਾਂ ਬਾਪੂ ਜੀ ਕਿੱਥੇ ਆ ਠੀਕ ਆ ਹੁਣ ਵੀ ਉਹੀ ਕੁਛ ਆ ਮੇਰਾ ਤਾਂ ਐਂ ਜੀ ਕਰਦਾ ਮੈਂ ਨਾਨਕੇ ਲਾਇਆ ਮੈਂ 4-5 ਦਿਨ ਕਮਲੀ ਨਾ ਹੋਵੇਂ ਕਿਸੇ ਥਾਂ ਦੀ ਨਾਨਕੇ ਤੇਰੇ ਕਿਹੜਾ ਘੱਟ ਨੇ ਨਾਨਕੇ ਵੀ ਤੇਰੇ ਵੱਢਣ ਜੋਗਰੇ ਨੇ ਉਹ ਵੀ ਇਹੋ ਜਿਹੇ ਨੇ ਉਂਗਲਾਂ ਲਾਉਂਦੇ ਨੇ ਨਾਨਕੇ ਆਹੋ ਤੂੰ ਇੱਥੇ ਉਰੇ ਆਪਣੇ ਘਰੇ ਬਹਿ ਕੇ ਪੜ੍ਹ ਐਵੇਂ ਵਿਗਿਆਨੇ ਘਰੇ ਨਹੀਂ ਪੜ੍ਹਦੇ ਹੁੰਦੇ ਜਾ ਕੇ ਠੀਕ ਆ ਬਾਪੂ ਜੀ ਦੇਖੀ ਮੈਂ ਤਾਂ ਐਂ ਕਹਿੰਦੀ ਤੀ ਬੱਸ ਦਾ ਨਹੀਂ ਪਤਾ ਕਦੋਂ ਕੁ ਆਊਗੀ ਐਂ ਨਹੀਂ ਪਤਾ ਉਹ ਸੱਸ ਨੂੰ ਹਾਂ ਘਰੇ ਜੱਫ ਪਾ ਲੈਣ ਤੁਸੀਂ ਘਰੇ ਵਗ ਜਾਓ ਉਹ ਨਹੀਂ ਪੁੱਤ ਮੈਂ ਬੈਠਾ ਤੈਨੂੰ ਬੱਸ ਚੜ੍ਹ ਕੇ ਜਾਊਂ ਐਂ ਇਕੱਲੀ ਥੋੜ੍ਹੀ ਛੱਡ ਕੇ ਜਾਊਂ ਤੈਨੂੰ ਮੈਂ ਲੈ ਬਾਪੂ ਜੀ ਐਂ ਕੀ ਹੁੰਦਾ ਆਪਣਾ ਪਿੰਡ ਆ ਮੈਂ ਆਪ ਚੜ੍ਹ ਜੂ ਬਸ ਤੁਸੀਂ ਵਗ ਜਾਓ ਘਰੇ ਵਗ ਜਾਏਗਾ ਬਸ ਚੜ੍ਹ ਜਾਏਗਾ ਹੋਰ ਬਾਪੂ ਜੀ ਹੁਣ ਮੈਂ ਨਿਆਣੀ ਆ ਮੈਨੂੰ ਪਤਾ ਨਹੀਂ ਕਿਹੜੀ ਬੱਸ ਚੜ੍ਹਨੀ ਆ ਚੱਲ ਠੀਕ ਆ ਖਿਆਲ ਨਾਲ ਚੜ੍ਹੀ ਪੁੱਤ ਮੈਂ ਤੈਨੂੰ ਦੱਸਾਂ ਅਗਲਾ ਧਿਆਨ ਨਾਲ ਜਾਂਦੇ ਹੁੰਦੇ ਨਾਲੇ ਠੀਕ ਆ ਠੀਕ ਆ ਬਾਪੂ ਜੀ ਤੁਸੀਂ ਵਗ ਜਾਓ ਚੰਗਾ ਪੁੱਤ ਮੈਂ ਮੜ ਜਾ ਖੇਤ ਕਨੀ ਜਾ ਕੇ ਆਉਣਾ ਮੱਗਰ ਲਵੇ ਹੋਰ ਇੱਧਰ ਖੇਤ ਕਿੰਦੀ ਲੰਘਦਾ ਖੇਤ ਤਾਂ ਵਗ ਜਾਓ ਬਾਪੂ ਜੀ ਉਹਨਾਂ ਸੱਸ ਨੂੰਹਾਂ ਨੂੰ ਵੀ ਦੇਖ ਜਾਓ ਕਿਤੇ ਉਹੀ ਲੜੀ ਜਾਂਦੀਆਂ ਹੋਣ ਉਹ ਕੁਛ ਨਹੀਂ ਪੁੱਤ ਇਹਦਾ ਮਾੜਾ ਮੋਟਾ ਤਾਂ ਉਹਨਾਂ ਦਾ ਚੱਲੀ ਜਾਂਦਾ ਹੁੰਦਾ ਸੱਸ ਨੂੰਹਾਂ ਦੀ ਨਹੀਂ ਲੜਾਈ ਮਿਟਦੀ ਹੁੰਦੀ ਨਾਲੇ ਕਦੇ ਵਾਸਤੇ ਵੀ ਨਾ ਕੋਈ ਮਿਟਿਆ ਸਕਦਾ ਇਹਨਾਂ ਦੀ ਲੜਾਈ ਠੀਕ ਆ ਹਾਂ ਕੋਈ ਨਾ ਖਿਆਲ ਵਾਲੇ ਜਾਈ ਪੁੱਤ ਮੜ ਜਾ ਠੀਕ ਹੈ ਬਾਪੂ ਜੀ ਕੋਈ ਨਾ ਹਾਂ ਉਹ ਕਿਹੜਾ ਘਰ ਨਹੀਂ ਜਿੱਥੇ ਸੱਸ ਨੂੰਹਾਂ ਦੀ ਲੜਾਈ ਨਹੀਂ ਹੈਗੀ ਤੂੰ ਤਾਂ ਇਮੀਟੇਸ਼ਨ ਲਈ ਇਹਨੇ ਕੋੜਨੇ ਦੱਸ ਹਾਂ ਜਿੱਥੇ ਸੌਖਾ ਉੱਥੇ ਦੁੱਖ ਵੀ ਹੈਗਾ ਲਾਜ਼ਮੀ ਹੈ ਦੱਸ ਆਪਾਂ ਨੂੰ ਆਪਦੇ ਘਰ ਦਾ ਉਹ ਰੱਖ ਤੂੰ ਮੱਗਰ ਨੂੰ ਦੇਖਦਾ ਮੈਂ ਜੇ ਠੀਕ ਹੋਊਗਾ ਕੰਜਰ ਹੋਰ ਨਾ ਕਿਤੇ ਬੋਲ ਮੱਧੀ ਜਾਵੇ ਉੱਥੇ ਹੋਰ ਹੁਣ ਪਾਗਲ ਹੋ ਗਿਆ ਪਾਗਲ ਨਹੀਂ ਦੱਸ ਇੱਕ ਤਾਂ ਬੁੜੀ ਨੇ ਵਦੀਨ ਕਰਤੇ ਬੁੜੀ ਨੇ ਵਦੀਨ ਕਰਤੇ ਹੋਰ ਆ ਲੈਣ ਲੰਘ ਗਿਆ ਬਾਪੂ ਤਾਂ ਬਸ ਨਹੀਂ ਪਤਾ ਕਦੋਂ ਕਹੂਗੀ ਪਤਾ ਨਹੀਂ ਕੀ ਹਾਲ ਹੋਊਗਾ ਮੱਗਰ ਨੇ ਦੁਬਾਰੇ ਨਾ ਪੀਲੀ ਹੋਵੇ ਕਿਤੇ ਇੱਕ ਤਾਂ ਜੀ ਕਰਦਾ ਵੀ ਘਰੇ ਮੁੜ ਜਾ ਇੱਕ ਜੀ ਕਰਦਾ ਵੀ ਵਗ ਜਾ ਪੜਨ ਲੈ ਬਸ ਆ ਗਈ ਕਿੰਨਾ ਚਿਰ ਹੋ ਗਿਆ ਕੁੜੇ ਫਿਰ ਲਿਆ ਰੋਟੀ ਆ ਗਈ ਮੰਮੀ ਜੀ ਗਰਮ ਗਰਮ ਲੈ ਕੇ ਆਈ ਸੀ ਖਾ ਲਓ ਤੁਸੀਂ ਰੋਟੀ ਕੁਰਿਆ ਕੀ ਗੱਲ ਹੋ ਗਈ ਮੰਮੀ ਜੀ ਇਹ ਜੇ ਮਨ ਪੱਕਾ ਲੂਣ ਪਾ ਰੱਖਿਆ ਤਾਂ ਮੇਰਾ ਬਲੰਡ ਵਧਾ ਕੇ ਮੈਨੂੰ ਮਾਰਨਾ ਹੈ ਨਹੀਂ ਨਹੀਂ ਮੰਮੀ ਜੀ ਲੂਣ ਮਿਰਚ ਤਾਂ ਬਿਲਕੁਲ ਠੀਕ ਹੈ ਉਹੀ ਲੱਗ ਰਿਹਾ ਉਹ ਤੁਹਾਨੂੰ ਤੈਨੂੰ ਕਿੰਨੇ ਵਾਰੀ ਕਿਹਾ ਵੀ ਭਾਈ ਆਪਣੇ ਕੰਮ ਚੱਜ ਦੇ ਕਰ ਲਿਆ ਕਰ ਚੱਜ ਦੇ ਕਰ ਲਿਆ ਕਰ ਤੂੰ ਮੰਮੀ ਜੀ ਚੱਜ ਨਾਲ ਤਾਂ ਕਰਦੀ ਆ
ਗਲ ਚ ਪਹਿਲਾਂ ਬੁਰਕੀ ਫਸਣ ਵਾਲੀ ਹੋ ਗਈ ਮੇਰੇ। ਆ ਲੋ ਪਾਣੀ ਪੀ ਲੋ। ਪਾਣੀ ਦਾ ਝੋਸ ਲੂੰ ਬਥੇਰਾ, ਪੇਕਿਆਂ ਦੀ ਝਾਕ ਛੱਡ ਦਿਆ ਘਰ, ਤੇਰੀ ਤਾਂ ਪੇਕਿਆਂ ਚ ਸੁਰਤੀ ਰਹਿੰਦੀ ਹੈ, ਇੱਥੇ ਕੰਮਾਂ ਚ ਤਾਂ ਤੇਰੀ ਸੁਰਤੀ ਨੀ, ਨਾ ਤੂੰ ਇਹਨੂੰ ਆਪਣਾ ਘਰ ਸਮਝੇ। ਮੰਮੀ ਜੀ ਐਵੇਂ ਤੋਂ ਕੋਈ ਗੱਲ ਹੀ ਨੀ, ਮੈਂ ਤਾਂ ਆਪਦੇ ਹਿਸਾਬ ਨਾਲ ਵਧੀਆ ਹੀ ਬਣਾਈ ਸੀ ਸਬਜ਼ੀ ਜੀ। ਜੇ ਵਧੀਆ ਬਣਾਈ ਹੁੰਦੀ ਕੀ ਗੱਲ, ਮੇਰਾ ਸਿਰ ਫਿਰਿਆ, ਮੈਂ ਬੋਲੂੰਗੀ। ਕੋਈ ਗੱਲ ਨੀ ਮੰਮੀ ਜੀ, ਹੋਰ ਬਣਾ ਕੇ ਦੇ ਦਿੰਦੀ ਹਾਂ ਜੇ ਤੁਹਾਨੂੰ ਨਹੀਂ ਵਧੀਆ ਲੱਗੀ। ਹੋਰ ਖਰਚਾ ਹੋਰ ਕਰ ਦੂੰ ਦੁਬਾਰੇ ਦੁਬਾਰੇ, ਤੈਨੂੰ ਪਤਾ ਹੀ ਹੈ ਮਹਿੰਗਾਈ ਤਾਂ ਕਿੰਨੀ ਹੈ। ਹੈਂ, ਅੱਗੇ ਚਟਨੀ ਕੁੱਟ ਕੇ ਤਾਂ ਕੀ ਖਾਣੀ ਸੀ, ਹੋਰ ਸਬਜ਼ੀ ਬਣਾ ਦਿੰਦੀ ਹਾਂ, ਕਿਉਂ ਕੀ ਗੱਲ, ਘਰੋਂ ਲਾਂਕਾ ਲਾਉਣੀ ਤਾਂ ਇਹ। ਫਿਰ ਹੁਣ ਕੀ ਕਰਾਂ ਮੰਮੀ ਜੀ? ਸਿਰ 'ਚ ਪਾ ਦੇ ਮੇਰੇ, ਹੋਰ ਕੀ ਕਰਨਾ ਹੈ, ਚੱਕ ਕੇ ਨਾਲੇ ਕਿਹਾ ਜੀ ਉਦੋਂ ਮੈਂ ਵੀ ਬਾਈ ਤੈਨੂੰ ਜਿਵੇਂ ਮੈਂ ਕਹੂੰਗੀ ਉਵੇਂ ਕਰਨਾ ਪਊਗਾ, ਪਰ ਉਹ ਗੱਲਾਂ 'ਤੇ ਤੂੰ ਰਹਿੰਦੀ ਨਹੀਂ। ਕੋਈ ਗੱਲ ਨਹੀਂ ਮੰਮੀ, ਜਿਵੇਂ ਤੁਸੀਂ ਕਹੋਗੇ ਮੈਂ ਤਾਂ ਉਵੇਂ ਕਰਨ ਨੂੰ ਤਿਆਰ ਹਾਂ, ਹੁਣ ਮੈਂ ਇਹਦਾ ਕੀ ਕਰਾਂ? ਸਿਰ 'ਚ ਪਾ ਦੇ ਮੇਰੇ, ਚੱਕ ਕੇ ਲੈ ਜਾ, ਮੈਂ ਨਹੀਂ ਖਾਣੀ। ਉਹਨੂੰ ਆਉਣ ਦੇ ਹੁਣ ਕੰਜਰ ਨੂੰ, ਹੈਂ, ਉਹੀ ਗੱਲ ਉਹਨੂੰ ਪੁੱਛੂੰਗੀ ਸਮਾਰ ਕੇ ਵੀ ਆਹ ਦੇਖ ਲੈ, ਉਦੋਂ ਰੱਖ ਤਾਂ ਲਈ ਵੀ ਹੁਣ ਉਸ ਗੱਲ 'ਤੇ ਹੈਗੀ ਹੈ ਕਿ ਨਾ। ਮੈਨੇ ਗੁੱਸਾ ਦਵਾ ਰੱਖਿਆ ਮੈਨੂੰ, ਜੀ ਤਾਂ ਐਂ ਕਰਦਾ ਜੀ ਤਾਂ ਗਲਾ ਹੀ ਘੁੱਟ ਮਾਰਾਂ, ਦੇਖੀ ਹੋਊਗਾ। ਚੱਲ ਰਹਿਣ ਦੇ, ਕਾਹਦੇ ਵਾਸਤੇ, ਜੇ ਗਲਾ ਘੁੱਟਤਾ ਮਰ ਜੂਗੀ, ਕੀ ਫਾਇਦਾ ਮੇਰੀ ਗੱਲ ਪਊਗੀ, ਹਜੇ ਖੜ ਜਾ ਦੋ ਕੁ ਦਿਨ, ਦੇਖ ਲੈਦੇ ਰੰਗ ਢੰਗ ਕਰਦੀ ਕੀ ਆ, ਨਹੀਂ ਫਿਰ ਸੋਚ ਕੇ ਤਾਂ ਤੂੰ ਬੈਠੀ ਆ, ਇੱਥੋਂ ਤਾਂ ਗਿਣ ਗਿਣ ਬਦਲੇ ਲੈਣੇ ਲੈਣੇ ਨੇ। ਕੋਈ ਗੱਲ ਨਹੀਂ, ਆ ਜਾਂਦੇ ਮੇਰਾ ਵੀ ਟਾਈਮ, ਹਲੇ ਤੇਰਾ ਟਾਈਮ ਆਣਾ, ਬੋਲਣਾ ਜਿੰਨਾ ਬੋਲਣਾ ਤੂੰ। ਗਰਤੀ ਜੀ ਇਹ ਬਹੁਤ ਹੋ ਰਹੀ ਆ, ਇਹਦੇ ਨਾਲ ਕਿਹੜਾ ਪੱਕਦਾ ਬੰਦਾ, ਨਾਲ ਇਹਦਾ ਮਾੜੀ ਮੋਟੀ ਲਾ ਕੇ ਬਸ ਭੋਰਾ ਕਹਿੰਦਾ, ਰੋਟੀ ਹਾਜ਼ਮੇ ਆਈਂਦੀ ਆ, ਅੱਗ ਲਾਉਣੀ ਨੀਂਦ ਆਈਂਦੀ ਆ ਵਧੀਆ। ਹੋਰ ਹੁਣ ਮੱਗਰ ਪਤਾ ਨਹੀਂ ਕਿੱਧਰ ਲੰਘ ਗਿਆ, ਕਿਤੇ ਮੱਗਰ ਹੁਣ ਆ ਜੇ ਕਿਸੇ ਪਾਸੋਂ। ਇੱਕ ਤਾਂ ਘਰੇ ਉਹ ਬੁੜੀਆਂ ਨਹੀਂ ਪੀਣ ਦਿੰਦੀਆਂ, ਜੇ ਭੋਰਾ ਟੂਆ ਲਾਉਂਦੇ ਆ ਉਹ ਮੂਹਰੇ ਆ ਖੜਦੇ ਨੇ, ਕੀ ਕਰਦਾ ਬਾਪੂ, ਕੀ ਬਾਪੂ ਗੋਲੀ ਮਾਰਦਾ ਬਾਪੂ, ਇਹ ਨਹੀਂ ਹੈਗਾ ਸਾਰੀ ਉਮਰ ਬਾਪੂ ਨੇ ਲਿਖਾ ਦਿੱਤੀ, ਜੇ ਭੋਰਾ ਹੁਣ ਲਾ ਲਈ ਫਿਰ ਕੀ ਮੰਨੋ ਪਏਗੀ, ਦੱਸ ਦੁਨੀਆ ਪੀਂਦੀ ਆ। ਹਾਂ ਗੱਲਾਂ ਕੋਈ ਇਹ, ਹੋਰ ਹੁਣ ਵਾਲੀਏ ਕੜਮੀ ਆ, ਹੋਰ ਚੱਲ ਇੰਨੇ ਕੁ ਨਾਲ ਦੋ ਚਾਰ ਸਾਲ ਹੋਰ ਲੰਘ ਜਾਣਗੇ, ਕੀ ਐਬ ਆ ਕੋਈ, ਐਬ ਤਾਂ ਨਹੀਂ ਹੈਗਾ, ਮੱਗਰ ਪਤਾ ਨਹੀਂ ਕਿੱਦਾਂ ਲੰਘ ਗਿਆ, ਕੋੜੀ ਉਹ ਬਣਾ ਜੇ ਕਿਸੇ ਪਾਸੋਂ, ਹੋਰ ਲਾ ਲੈਣੇ ਭੋਰਾ, ਚੱਲ ਵਿੰਚਾ ਠਹਿਰ ਕੇ ਲਾਵਾਂਗੇ, ਖੜ ਜਾਂਦੇ ਹਾਂ, ਚੱਲ ਉੱਥੇ ਬੈਠੇ ਵਿੰਚਾ ਟਾ, ਫਿਰ ਕੀ ਹੋ ਗਿਆ ਦੱਸ, ਜੇ ਲਾ ਲਈ ਊਈ ਬੁੜੀਆਂ ਦਾ ਖਾਂ ਖਾਈ ਲੱਗੇ ਨੇ ਉਹ ਕਰਨਾ, ਬਾਪੂ ਤੂੰ ਐਂ ਕਰਦਾ ਤੂੰ ਪੀਨਾ, ਫਿਰ ਕਿਉਂ ਇਹ ਵੀ ਨਹੀਂ।